ट्रैक सूट है कलर मिल जाऊंगे साइज मिल जाऊंगे ਆਉਣਾ ਤੁਸੀਂ ਵੱਡੇ ਸ਼ੋਰੂਮ ਚ ਲੱਗਣਾ ਤੁਹਾਨੂੰ ਇਹ ਆ ਵੀ ਜਿਹਦਾ ਪਿੰਡ ਦੀ ਦੁਕਾਨ ਤੋਂ ਕੱਪੜੇ ਲਏ ਹੁੰਦੇ ਆ ਹਰੇਕ ਦੇ ਉੱਪਰ ਲੱਗਾ ਹੋਇਆ ਆਪਾਂ ਜੀ ਇਹ ਵੀ ਵੱਡੀ ਗੱਲ ਆ ਵੀ ਤੁਸੀਂ ਦੇਖ ਸਕਦੇ ਆ ਵੀ ਤੇ 130 ਰੁਪਏ ਦਾ ਰੇਟ ਵੀ ਲੱਗਾ ਹੋਇਆ ਆ ਸੋ ਪਰ ਹੈਰਾਨੀ ਵਾਲੀਆਂ ਗੱਲਾਂ ਆ ਆ ਲੋ ਆ ਪਜਾਮੇ ਲੈ ਜਾਓ ਤੁਸੀਂ ਇੱਥੋਂ ਜਰਾਬਾਂ ਨਹੀਂ ਮਿਲਣੀ 130 ਰੁਪਏ ਦੇ ਵਿੱਚ ਤੁਹਾਨੂੰ 650 ਰੁਪਏ ਟੀ ਸ਼ਰਟ ਜੀ ਗਰਮ ਟੀ ਸ਼ਰਟ ਗੋਲ ਗਲੇ ਵਿੱਚ 650 ਰੁਪਏ ਦੀ जो तुसी अगर रेट देखने हैरान हो जाना एक दो का पीस लैन आने झोले भर भर के लेके जाओगे 950 रेंज मिल जाऊंगा कलर साइज डिजाइन सारी तरह मिल जाओगे 1500-1600 घट नहीं मैनी सबको कहीं 850 रुपए जी 850 की कोटी लौंग है पूरी गर्म दे बेच लौंग कोटते देखो जी ये 450 रुपए बेच लौंग कोटता 450 रुपया जी ये तो भाजी 999 रुपये जी 999 स्टिच वाले पूरी है नाले देखो 350 रुपए यही मैं पसंद आई थी मैं पता कर लें इन्नी वरायटी है जिन्हों भी हाथ ला लीए इन्ने घट रेट इन्हों को है सो तुसी इत्थे आओ इन्हां नूं चांस दिओ मौका दिओ तुहाडे फायदे बहुत हो जाने भाई साइज दे अकॉर्डिंग मिल जाऊंगे सानू साइज भी अलग मिल जाऊंगे वरायटी भी अलग मिल जाऊंगी ठीक है पंजाबी जुत्ती बहुत वधिया है 300-250 रेंज वधिया चीज़ मिल जाती है पैसे इन्ने घट लैंदे आ कि तुसी हैरान होना तुसी आले दुआले जिहड़े दुकानां ते जाने आ तुसी कहना भी नहीं बंगिया ही जावांगे आजाद चौंक आ उत्थे वड्डे डिपू ते जाणा ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਹਰਦੀਪ ਸਿੰਘ ਤੱਗੜ ਅਸੀਂ ਪੰਜਾਬ ਦੇ ਵਿੱਚ ਸੂਟ ਸ਼ਰਾਰੇ ਲਹਿੰਗੇ ਦੀਆਂ ਦੁਕਾਨਾਂ ਦੀ ਹੋਰ ਬੜੀ ਪ੍ਰਮੋਸ਼ਨ ਕੀਤੀ ਤੇ ਲੇਡੀਜ਼ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਸੀ ਇਕੱਲੇ-ਇਕੱਲੇ ਪਿੰਡ ਤੋਂ ਆ ਕੇ ਉਹਨਾਂ ਨੇ ਆਪਣੇ ਫਾਇਦੇ ਲਏ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਰੈਡੀਮੇਡ ਗਾਰਮੈਂਟਸ ਵੀ ਦਿਖਾਓ ਜਿਵੇਂ ਪੰਜਾਬ ਦੇ ਨੌਜਵਾਨ ਹੁੱਡੀਜ਼ ਲੈ ਰਹੇ ਆ ਟਰੈਕ ਸੂਟ ਲੈ ਰਹੇ ਆ ਉਹ ਵੀ ਜੈਕਟਸ ਵੀ ਲੈ ਰਹੇ ਉਹ ਵੀ ਇਹੋ ਜਿਹੇ ਕੱਪੜੇ ਲੈਣਾ ਪਸੰਦ ਕਰਦੀਆਂ ਆ ਤੇ ਉਹਨਾਂ ਦੀ ਡਿਮਾਂਡ ਤੇ ਅੱਜ ਅਸੀਂ ਲੈ ਕੇ ਜਾਵਾਂਗੇ ਤੁਹਾਨੂੰ ਬੰਗਾ ਦੇ ਵੱਡਾ ਡੀਪੂ ਸਟੋਰ ਦੇ ਵਿੱਚ ਜੋ ਕਿ ਆਜ਼ਾਦ ਚੌਂਕ ਦੇ ਵਿੱਚ ਹੈਗਾ ਆ ਉੱਥੇ ਲੇਡੀਜ਼ ਲਈ ਤਾਂ ਬਹੁਤ ਵੱਡੀ ਭਰਮਾਰ ਹੈਗੀ ਆ ਤੁਹਾਨੂੰ ਜੀਨਸ ਤੁਹਾਨੂੰ ਸ਼ਰਾਰੇ ਤੁਹਾਨੂੰ ਉੱਥੇ ਹੈਵੀ ਕੋਟੀਆਂ ਤੁਹਾਨੂੰ ਉੱਥੇ ਜਿਹੜੇ ਕਿ ਟਰੈਕ ਸੂਟ ਸਾਰਾ ਇਹੋ ਜਿਹਾ ਸਮਾਨ ਤੁਹਾਨੂੰ ਬਹੁਤ ਘੱਟ ਰੇਟ ਤੇ ਮਿਲਣਾ ਆ ਤੁਹਾਨੂੰ ਲੈ ਕੇ ਜਾਵਾਂਗੇ ਸਾਰੀ ਵੀਡੀਓ ਬਰੀਕੀ ਨਾਲ ਦੇਖਣਾ ਤੁਸੀਂ ਪ੍ਰਾਈਸ ਸੁਣ ਕੇ ਵੀ ਹੈਰਾਨ ਹੋਵੋਗੇ ਤਾਂ ਤੁਸੀਂ ਉੱਥੇ ਵਿਜ਼ਿਟ ਵੀ ਜ਼ਰੂਰ ਕਰਿਓ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਉੱਥੇ ਤੇ ਦਿਖਾਉਂਦੇ ਹਾਂ ਵਰਾਇਟੀ ਤੇ ਦਿਖਾਉਂਦੇ ਹਾਂ ਪ੍ਰਾਈਜ਼ ਤੁਸੀਂ ਸੁਣ ਕੇ ਦੰਗ ਰਹਿ ਜਾਣਾ ਤੁਸੀਂ ਕਹਿਣਾ ਵੀ ਇੰਨੇ ਸਸਤੇ ਆਓ ਆਪਾਂ ਲੈ ਕੇ ਚੱਲਦੇ ਤੁਹਾਨੂੰ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਬੰਗਿਆਂ ਦੇ ਵੱਡੇ ਡਿਪੂ ਸਟੋਰ ਤੇ ਜਿੱਥੇ ਕਿ ਸਾਨੂੰ ਪਤਾ ਚੱਲਿਆ ਸੀ ਇੱਥੇ ਕਾਫੀ ਜਿਹੜਾ ਕਿ ਲੇਡੀਜ਼ ਰੈਡੀਮੇਡ ਗਾਰਮੈਂਟਸ ਦੀ ਕਾਫੀ ਭਰਮਾਰ ਹੈਗੀ ਆ ਤੇ ਕਾਫੀ ਇਹਨਾਂ ਦੇ ਚਰਚੇ ਹੈਗੇ ਆ ਲੋਕਾਂ ਦਾ ਇਹ ਵੀ ਕਹਿਣਾ ਕਿ ਇੱਥੇ ਬਹੁਤ ਵੱਡੀ ਵੈਰਾਈਟੀ ਮਿਲਦੀ ਆ ਤੇ ਰੇਟ ਬਹੁਤ ਘੱਟ ਹੈਗੇ ਆ ਤੇ ਸਰਦੀਆਂ ਦੇ ਮੌਸਮ ਚੱਲ ਰਹੇ ਆ ਅਸੀਂ ਹੁਣ ਇੱਥੇ ਪਹੁੰਚ ਚੁੱਕੇ ਹਾਂ ਹਰਜੀਤ ਭਾਈ ਨਾਲ ਕਰਾਂਗੇ ਗੱਲਬਾਤ ਇਹਨਾਂ ਤੋਂ ਜਾਣਾਂਗੇ ਕਿਹੜੀ ਕਿਹੜੀ ਵੈਰਾਈਟੀ ਆ ਕੀ ਪ੍ਰਾਈਜ਼ ਹੈਗੇ ਆ ਤੇ ਕਿੱਥੋਂ ਕਿੱਥੋਂ ਕਸਟਮਰ ਆ ਰਹੇ ਆ ਭਾਅ ਜੀ ਕਿਹੜੀ ਕਿਹੜੀ ਵਰਾਇਟੀ ਤੁਸੀਂ ਅੱਜ ਸਾਨੂੰ ਸ਼ੋਅ ਕਰੋਗੇ ਕਿਉਂਕਿ ਸਰਦੀਆਂ ਦਾ ਮੌਸਮ ਆ ਤੁਹਾਡੀ ਚਰਚਾ ਤਾਂ ਬਹੁਤ ਸੋਹਣੀ ਆ ਉਹ ਕਹਿੰਦੇ ਜਦੋਂ ਅਸੀਂ ਵੱਡੇ ਸ਼ੋਰੂਮਾਂ ਜਾਂ ਹੋਰ ਸਟੋਰਾਂ 'ਤੇ ਜਾਂਦੇ ਹਾਂ ਉਹਨਾਂ ਨਾਲੋਂ ਅੱਧ ਰੇਟਾਂ 'ਤੇ ਪਰ ਵਰਾਇਟੀ ਉਹਨਾਂ ਤੋਂ ਉੱਪਰ ਸਾਨੂੰ ਇੱਥੋਂ ਵੱਡੇ ਡੀਪੂ ਤੋਂ ਮਿਲਦੀ ਆ ਕੀ ਵਰਾਇਟੀ ਤੁਹਾਡੇ ਕੋਲ ਹੈਗੀ ਆ ਭਾਅ ਜੀ ਸਾਡੇ ਕੋਲ ਲੇਡੀਜ਼ ਡਿਪਾਰਟਮੈਂਟ ਹਰੇਕ ਤਰ੍ਹਾਂ ਅਵੇਲੇਬਲ ਹੈਗੀ ਚੀਜ਼ ਕੁਝ ਵੀ ਤੁਸੀਂ ਚਾਹੀਏ ਤੁਹਾਨੂੰ ਮਿਲ ਸਕਦਾ ਹੈ ਕੋਟੀ ਸਵੈਟਰ ਜੈਕਟ ਜੈਗਿਨ ਪੈਂਟ ਸ਼ਰਟ ਸਭ ਕੁਝ ਅਵੇਲੇਬਲ ਹੈਗਾ ਬਾਕੀ ਜਿਸ ਚਾਹੀਦਾ ਸਾਨੂੰ ਹਰੇਕ ਤਰ੍ਹਾਂ ਦਿਖਾ ਸਕਦੇ
ਭਾਈ ਰੇਟਾਂ ਦਾ ਕਿਉਂ ਇੰਨਾ ਫਰਕ ਹੈਗਾ ਤੁਹਾਡਾ? ਕਿਉਂਕਿ ਬਾਕੀ ਮੈਂ ਇਹ ਸੁਣਿਆ ਵੀ 2-2 ਹਜ਼ਾਰ ਰੁਪਏ ਵਾਲੀ ਜਿਹੜੀ ਆਈਟਮ ਜਾਂ 3-3 ਹਜ਼ਾਰ ਵਾਲੀ ਜਾਂ 1500 ਜਾਂ 1000 ਵਾਲੀ ਤੁਹਾਨੂੰ ਅੱਧ ਰੇਟ ਤੋਂ ਵੀ ਘੱਟ ਤੁਸੀਂ ਦੇ ਰਹੇ ਆ। ਭਾਈ ਕਮਾਈ ਤਾਂ ਹਰੇਕ ਉਹ ਕਰਦਾ ਹੈ, ਪਰ ਸਾਡੀ ਜੈਨੂਅਨ ਕਮਾਈ ਆ। ਆਪਾਂ ਇਹ ਨਹੀਂ ਕਹਿ ਰਹੇ ਕਿ ਗਾਹਕ ਨੂੰ ਆਪਾਂ ਹਮੇਸ਼ਾ ਸ਼ੈਲ ਲਾ ਲਈ ਉਹਦੀ, ਸਾਡੇ ਬਾਜ਼ਾਰ ਨਾਲ ਸਸਤੀ ਚੀਜ਼ ਮਹਿਣੀ ਹੈ। ਪੂਰੇ ਪੰਜਾਬ ਤੁਸੀਂ ਗਾਹਕ ਦੇਖਿਆ ਹੋਣਾ, ਪਰ ਇੰਨੇ ਸਾਡੇ ਵਾਲੇ ਪ੍ਰਾਈਜ਼ ਕਿਤੇ ਨਹੀਂ ਮਿਲਣੇ ਤੁਹਾਨੂੰ, ਹਰੇਕ ਤਰ੍ਹਾਂ ਦਾ ਪ੍ਰਾਈਜ਼ ਹੈਗਾ ਆ। ਭਾਅ ਜੀ ਪਰ ਮੈਂ ਨਾ ਜਦੋਂ ਥੱਲੇ ਆ ਰਿਹਾ ਸੀ ਮੈਂ ਦੇਖਿਆ ਇਹ ਵੱਡਾ ਡਿਪੂ, ਵਾਕਈ ਬਹੁਤ ਵੱਡਾ ਸਟੋਰ ਹੈਗਾ। ਇੱਥੇ ਕਾਫੀ ਕੰਮ ਵੀ ਕਰਦੇ ਹੈਗੇ ਆ ਵਰਕਰ, ਅਤੇ ਇੰਨੇ ਖਰਚੇ ਵੀ ਹੈਗੇ ਆ, ਆਪਣੇ ਤਨਖਾਹਾਂ, ਆਪਣੇ ਸ਼ੋਰੂਮ ਦੇ ਖਰਚੇ। ਫਿਰ ਤੁਸੀਂ ਇੰਨੇ ਘੱਟ ਮਾਰਜਨ ਦੇ ਵਿੱਚ ਕਿਵੇਂ ਇੰਨਾ ਸਾਰਾ ਕੁਛ ਕਰ ਰਹੇ ਹੋ ਕਵਰ? ਭਾਅ ਜੀ ਸਾਨੂੰ ਮਾਲ ਸਿੱਧਾ ਡਾਇਰੈਕਟ ਆ ਰਿਹਾ ਕੰਪਨੀਆਂ ਤੋਂ, ਇਸ ਕਰਕੇ ਅਸੀਂ ਘੱਟ ਰੇਟ 'ਤੇ ਲਾ ਰਹੇ ਹਾਂ, ਕਿਉਂਕਿ ਮਾਰਜਨ ਅਸੀਂ ਬਹੁਤ ਘੱਟ ਕਮਾ ਰਹੇ ਹਾਂ। ਪਰ ਜ਼ਿਆਦਾਤਰ ਸੇਵਾ ਹੀ ਕਰ ਰਹੇ ਹਾਂ, ਕਿਉਂਕਿ ਕਮਾਈ ਹਰੇਕ ਉਹ ਕਰਦਾ ਹੈ, ਪਰ ਅਸੀਂ ਨੋਰਮਲ ਕਮਾਈ ਕਰ ਰਹੇ ਹਾਂ, ਇਸ ਕਰਕੇ ਭਾਅ ਜੀ। ਸੋ ਮੈਂ ਦੱਸਣਾ ਚਾਹਾਂਗਾ 1960 ਤੋਂ ਜਿਹੜਾ ਕਿ ਵੱਡੇ ਡਿਪੂ ਦਾ ਸਟੋਰ ਇੱਥੇ ਚੱਲ ਰਿਹਾ ਆ, ਲੋਕ ਇੱਥੇ ਦੂਰੋਂ ਦੂਰੋਂ ਆ ਰਹੇ ਆ, ਵੱਡੇ ਫਾਇਦੇ ਲੈ ਕੇ ਜਾ ਰਹੇ ਆ। ਅਸੀਂ ਸਾਰਾ ਪੰਜਾਬ ਗਾਹ ਮਾਰਿਆ, ਸਾਰੇ ਪੰਜਾਬ ਦੀਆਂ ਸਟੋਰ 'ਤੇ ਜਾ ਕੇ ਦੇਖਿਆ, ਬਹੁਤ ਸਾਰੇ ਸਾਨੂੰ ਚੰਗੇ ਦੁਕਾਨਦਾਰ ਵੀ ਮਿਲੇ। ਪਰ ਇਸ ਏਰੀਏ ਦੇ ਵਿੱਚ ਜਦੋਂ ਸਾਨੂੰ ਲੋਕਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਬੰਗੇ ਸ਼ਹਿਰ 'ਚ ਕਿਉਂ ਨਹੀਂ ਗਏ, ਉੱਥੇ ਇੱਕ ਵੱਡਾ ਡਿਪੂ ਹੈਗਾ, ਇਸ ਸਟੋਰ ਦਾ ਨਾ ਹੀ ਵੱਡਾ ਡਿਪੂ ਆ, ਵੀ ਉੱਥੇ ਤੁਸੀਂ ਜਾ ਕੇ ਵਰਾਇਟੀ 'ਤੇ ਚੈੱਕ ਕਰੋ। ਵਾਕਈ ਜਦੋਂ ਅਸੀਂ ਇੱਥੇ ਆ ਕੇ ਹੁਣ ਚੈੱਕ ਕਰ ਰਹੇ ਸੀ ਅਤੇ ਬਹੁਤ ਹੀ ਪ੍ਰਾਈਜ਼ ਦੇ ਵਿੱਚ ਫਰਕ ਸੀ, ਅਸੀਂ ਤਾਂ ਆਪ ਹੈਰਾਨ ਹੋ ਗਏ ਵੀ ਇਹ ਕਿਵੇਂ ਹੋ ਰਿਹਾ। ਜਿਹੜੀਆਂ ਇਹ ਤੁਸੀਂ ਰੈਡੀਮੇਡ ਗਾਰਮੈਂਟਸ ਲੇਡੀਜ਼ ਹੈਗਾ, ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਯੂਰਪ ਵਿੱਚ ਵੀ ਤੁਸੀਂ ਬੈਠੇ ਦੇਖ ਰਹੇ ਹੈਗੇ ਆ, ਇਹ ਵਰਾਇਟੀ ਤੁਸੀਂ ਦੇਖਿਓ, ਤੁਸੀਂ ਆਪਣੇ ਸ਼ੋਰੂਮਾਂ ਜਾ ਕੇ ਦੇਖਿਓ ਅਤੇ ਡਬਲ ਤੋਂ ਵੀ 3-4 ਟਾਈਮ ਜ਼ਿਆਦਾ ਤੁਹਾਨੂੰ ਇੱਥੇ ਪ੍ਰਾਈਜ਼ ਮਿਲਣੇ ਆ। ਜਿਹੜੇ ਇੰਡੀਆ 'ਚ ਸਾਡੇ ਪੰਜਾਬ 'ਚ ਬੈਠੀਆਂ ਬੀਬੀਆਂ ਇਹ ਲੇਡੀਜ਼ ਦੇਖ ਰਹੀਆਂ ਆ, ਤੁਸੀਂ ਵੀ ਹੈਰਾਨ ਹੋ ਜਾਣਾ, ਤੁਸੀਂ ਵੀ ਆਪਣੇ ਮੱਥੇ 'ਤੇ ਹੱਥ ਮਾਰਨਾ ਜਿਹੜੇ ਵੀ ਤੁਸੀਂ ਆਪਣੇ ਨੇੜੇ ਤੇੜੇ ਸਟੋਰਾਂ ਵਿੱਚ ਜਾਂਦੇ ਸੀ ਵੀ ਉੱਥੇ ਇੰਨਾ ਹਾਈ ਰੇਂਜ ਆ ਅਤੇ ਜਿਹੜਾ ਬੰਗਿਆਂ ਦੇ ਵਿੱਚ ਇਹ ਸਟੋਰ ਹੈਗਾ ਇੱਥੇ ਕਿੰਨਾ ਫਰਕ ਹੈਗਾ ਪੈਸਿਆਂ ਦੇ ਵਿੱਚ। ਗੱਲਾਂ ਨਹੀਂ ਕਰਨੀਆਂ, ਕੰਮ ਕਰਾਂਗੇ ਆਪਾਂ, ਹੁਣ ਦੇਖਾਂਗੇ ਵਰਾਇਟੀ। ਭਾਅ ਜੀ ਕੀ ਦਿਖਾਓਗੇ ਸਭ ਤੋਂ ਪਹਿਲਾਂ ਸਾਨੂੰ? ਸਟਾਰਟਿੰਗ ਕਰੋ ਤਾਂ ਜੋ ਕਿ ਕਲੀਅਰ ਹੋ ਸਕੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਸਕੇ, ਜਿਹੜਾ ਲੋਕਾਂ ਨੂੰ ਪਤਾ ਲੱਗੇ ਵੀ ਜੋ ਅਸੀਂ ਸੁਣਿਆ ਕਿ ਉਹ ਸੱਚ ਹੈ ਜਾਂ ਝੂਠ ਆ, ਉਹ ਤੁਹਾਡੀ ਵਰਾਇਟੀ ਦੱਸੂਗੀ, ਤੁਹਾਡੇ ਰੇਟ ਦੱਸਣਗੇ। ਬਿਲਕੁਲ ਭਾਅ ਜੀ, ਹੁਕਮ ਕਰੋ ਕਿਹੜੀ ਚੀਜ਼ ਸਟਾਰਟਿੰਗ ਨੇ, ਉਸ ਤੋਂ ਆਪਾਂ ਕਰਾਂਗੇ। ਭਾਅ ਜੀ ਆਪਣਾ ਸਰਦੀਆਂ ਦਾ ਮੌਸਮ ਆ, ਕੋਈ ਗਰਮ ਕੱਪੜੇ ਦਿਖਾਓ, ਟਰੈਕ ਸੂਟ ਦਿਖਾ ਦਿਓ, ਕੋਈ ਨਾਈਟ ਸੂਟ ਦਿਖਾ ਦਿਓ, ਕੋਈ ਹੁੱਡੀਜ਼ ਦਿਖਾ ਦਿਓ। ਆਹ ਲਓ ਜੀ ਨਾਈਟ ਸੂਟ ਆ ਜੀ, ਇਹ 399 ਰੁਪਏ ਵਿੱਚ ਜੀ, 399 ਪੂਰਾ ਬੂਲ ਦੇ ਵਿੱਚ ਗਰਮ ਚ ਆ ਜੀ ਨਾਈਟ ਸੂਟ। ਕਲਰ ਤੁਹਾਨੂੰ ਪ੍ਰਿੰਟ ਅਲੱਗ ਅਲੱਗ ਮਿਲ ਜਾਣੇ, ਡਿਜ਼ਾਇਨ ਮਿਲ ਜਾਣੇ ਇਹਦੇ ਵਿੱਚ। ਸਿਰਫ 399? 399 ਭਾਅ ਜੀ, 700-800 ਤੋਂ ਘੱਟ ਨਹੀਂ ਮਿਲਣਾ ਤੁਹਾਨੂੰ ਮਾਰਕੀਟ 'ਚ। ਪੂਰਾ ਚੈਲੇਂਜ ਆ ਵੱਡੇ ਡਿਪੂ ਵਾਲਿਆਂ ਦਾ, ਖੁੱਲ੍ਹਾ ਚੈਲੇਂਜ ਆ। ਦੇਖੋ ਕਲਰ ਕਿੰਨੇ ਸੋਹਣੇ ਸੋਹਣੇ, ਦੇਖੋ ਰੂਹ ਖੁਸ਼ ਹੁੰਦੀ ਹੈ ਦੇਖ ਕੇ ਜੀ। ਇਹਦੇ ਵਿੱਚ ਵੈਸੇ ਕਲਰ ਕਾਫੀ ਹੈਗੇ ਆ? ਕਲਰ ਭਾਅ ਜੀ ਜਿੰਨੇ ਚਾਹੋ ਉਨੇ ਮਿਲ ਜਾਓਗੇ, ਜਿੰਨੇ ਚਾਹੋ ਉਨੇ ਪੀਸ ਮਿਲ ਜਾਓਗੇ ਤੁਹਾਨੂੰ। ਹਾਂਜੀ ਹਲੋ ਯਾਰ, ਟਰੈਕ ਸੂਟ ਦੇਖੋ ਜੀ, 799 ਰੁਪਏ ਵਿੱਚ ਜੀ, ਇਹ 799 ਵਿੱਚ ਟਰੈਕ ਸੂਟ ਆ, 'ਚ ਕਲਰ ਤੁਹਾਨੂੰ ਮਿਲ ਜਾਓਗੇ, ਸਾਈਜ਼ ਮਿਲ ਜਾਓਗੇ, ਹਰੇਕ ਤਰ੍ਹਾਂ ਦਾ ਅਵੇਲੇਬਲ ਆ। ਬਾਕੀ ਬਾਜ਼ਾਰ ਨਾਲੋਂ ਸਸਤਾ ਮਿਲੂ, ਪੂਰੇ ਪੰਜਾਬ ਇੰਡੀਆ ਨਾਲ ਵਾਅਦਾ ਕਰਦੇ ਹਾਂ ਆਪਾਂ, ਕਿਤੇ ਵੀ ਇੰਨਾ ਰੇਟ ਕਿਤੇ ਮਿਲ ਨਹੀਂ ਸਕਦਾ। ਖੁੱਲ੍ਹਾ ਚੈਲੇਂਜ ਦੁਕਾਨ ਵਾਲਿਆਂ ਨੂੰ ਵੀ, ਜਿੰਨਾ ਰੇਟ ਤੁਹਾਨੂੰ ਦੇ ਦੇਵੇ ਸਭ ਕੋਲ ਫਰੀ ਲੈ ਜਿਓ ਜੀ, ਤੇਲ ਦੇ ਪੈਸੇ ਵੀ ਨਾਲ ਫਰੀ ਦੇਵਾਂਗੇ ਅਸੀਂ ਕੋਈ। ਦੇਖੋ ਜੀ ਆਹ, ਦੇਖੋ ਕਲਰ ਡਿਜ਼ਾਇਨ ਦੇਖੋ ਜੀ, ਕਿੰਨੇ ਸੋਹਣੇ ਸੋਹਣੇ ਕਲਰਾਂ ਨਾਲ ਡਿਜ਼ਾਇਨ ਇਹਦੇ ਜੀ, 999 ਰੁਪਏ ਵਿੱਚ ਜੀ, 999 ਰੁਪਏ ਵਿੱਚ ਜੀ, ਨਾਲ ਕੈਪ ਵਾ, ਪੂਰਾ ਗਰਮ ਆ, ਬੂਲ ਦੇ ਵਿੱਚ ਆ, ਸੁਨੀਲ ਦੇ ਵਿੱਚ ਜੀ ਨਾਈਟ ਸੂਟ ਆ, ਦੇਖੋ ਪੂਰਾ ਗਰਮ ਆ, ਨਾਲੇ ਪੂਰੀ ਠੰਡ ਨਹੀਂ ਲੱਗਣੀ ਆ ਜੀ, ਠੀਕ ਆ ਜੀ। ਸਿਰਫ 999 ਰੁਪਏ ਦੇ ਵਿੱਚ ਦੱਸ ਰਹੇ ਤੁਸੀਂ, ਇਹਦੇ ਵਿੱਚ ਕਲਰ ਕਾਫੀ ਹੈਗੇ ਆ? ਕਲਰ ਭਾਜੀ ਬਹੁਤ, ਜਿੰਨੇ ਚਾਹੋ ਕਲਰ ਮਿਲ ਜਾਣਗੇ। ਆ ਲਓ ਜੀ ਐਡੀਡਾਸ ਦਾ ਵੀ ਤੁਹਾਨੂੰ ਦਿਖਾ ਦਿੰਦੇ ਹੈਗੇ, ਵੀ ਰੇਟ ਦੇਖਦੇ ਆ ਭਾਜੀ ਹੁਣੀ ਕਿੰਨੇ ਦਾ ਦਿੰਦੇ ਆ। ਇਹ ਵੀ ਹੈਗਾ 999 ਰੁਪਏ ਵਿੱਚ ਜੀ, ਇਹ ਵੀ 999 ਰੁਪਏ ਵਿੱਚ, ਇਹ ਵੀ ਆਹ ਦੇਖੋ ਕਲਰ ਦੇਖੋ ਇਹਦੇ ਵਿੱਚ ਐਡੀਡਾਸ ਦਾ, ਨਾਲੇ ਵਧੀਆ ਕੰਪਨੀ ਦਾ। ਵਾਕਈ ਤੁਸੀਂ ਹੈਰਾਨ ਹੁੰਦੇ ਹੋਣੇ ਆ, ਆਹ ਪਿੰਕ ਕਲਰ ਵੈਸੇ ਕੁੜੀਆਂ ਦਾ ਕਾਫੀ ਫੇਵਰਟ ਹੁੰਦਾ, ਇਹਦੇ ਵਿੱਚ ਵੀ ਦੇਖਦੇ ਆ। ਬਿਲਕੁਲ ਬਿਲਕੁਲ ਫੇਵਰਟ ਕਲਰ ਜੀ, ਇਹ ਵੀ ਆਹ ਦੇਖੋ ਜੀ ਹੁੱਡੀ ਨਾਲ ਇਹਦੇ ਕਲਰ ਮਿਲ ਜੂਗੇ 950 ਰੁਪਏ ਦੇ ਵਿੱਚ, ਇਹ ਵੀ 950 ਦੀ ਰੇਂਜ ਮਿਲ ਜੂਗਾ। ਕਲਰ ਤੁਹਾਨੂੰ ਸਾਈਜ਼ ਡਿਜ਼ਾਇਨ ਸਾਰੀ ਤਰ੍ਹਾਂ ਮਿਲ ਜੂਗੇ, ਬਾਕੀ ਪਸੰਦ ਤੁਹਾਡੀ ਆ, ਠੀਕ ਆ ਜੀ। ਤੁਹਾਨੂੰ ਸਵੈਟ ਸ਼ਰਟ ਦਿਖਾਉਂਦੇ ਹਾਂ ਜੀ, ਆਹ ਦੇਖੋ ਜੀ ਹਰੇਕ ਤਰ੍ਹਾਂ ਦੇ ਸਾਈਜ਼ ਮਿਲ ਜਾਣੇ ਆ, 699 ਰੁਪਏ ਵਿੱਚ ਜੀ, ਇਹ ਵੀ 699 'ਚ ਕਲਰ ਡਿਜ਼ਾਇਨ ਤੁਹਾਨੂੰ ਮਿਲ ਜਾਣੇ ਆ, ਸਾਈਜ਼ ਹਰੇਕ ਤਰ੍ਹਾਂ ਮਿਲ ਜਾਣੇ ਆ, ਆਹ ਦੇਖੋ ਕਲਰ ਕਿੰਨੇ ਸੋਹਣੇ ਸੋਹਣੇ ਆ, 699 ਰੁਪਏ ਵਿੱਚ ਜੀ। ਬਾਕੀ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚੋਂ ਕਿਸੇ ਸ਼ਹਿਰ 'ਚੋਂ ਵੀ ਬੰਗਿਆਂ ਦੇ ਵਿੱਚ ਆਉਂਦੇ ਆ, ਤੁਹਾਡਾ ਤੇਲ ਦਾ ਖਰਚਾ ਵੀ ਤੁਹਾਡਾ ਬਚ ਜਾਣਾ, ਅਤੇ ਜਿਹੜੇ ਤੁਹਾਨੂੰ ਪ੍ਰਾਈਜ਼ ਹੈਗੇ ਆ ਇਹੋ ਜਿਹੇ ਪ੍ਰਾਈਜ਼ ਸਾਨੂੰ ਕਿਤੋਂ ਨਹੀਂ ਮਿਲਣੇ, ਇਹ ਤਾਂ ਦਾਅਵੇ ਕੀਤੇ ਜਾ ਰਹੇ ਇਹਨਾਂ ਵੱਲੋਂ। ਆਹ ਦੇਖੋ ਹੁੱਡੀ 550 ਰੁਪਏ ਜੀ, 550 ਹੁੱਡੀ, ਕਲਰ ਤੁਹਾਨੂੰ ਮਿਲ ਜਾਊਗੇ, ਡਿਜ਼ਾਇਨ ਮਿਲ ਜਾਊਗੇ, ਬਾਜ਼ਾਰ ਨਾਲੋਂ ਸਸਤੀ ਚੀਜ਼ ਮਿਲਣੀ ਆ, 800-900 ਰੁਪਏ ਰੇਟ ਆ ਬਾਜ਼ਾਰ ਦਾ ਇਹਦਾ, ਠੀਕ ਆ। ਇਹ 'ਚ ਕਲਰ ਡਿਜ਼ਾਇਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਜੀ, ਆਹ ਦੇਖੋ ਪਿੰਕ ਕਲਰ ਲੇਡੀਜ਼ ਦਾ ਫੇਵਰੇਟ ਕਲਰ ਆ, ਇਹ ਹਰੇਕ ਤਰ੍ਹਾਂ ਦੇ ਪੀਸ ਮਿਲ ਜਾਣੇ, ਜਿੰਨੇ ਜਿੰਨੇ ਚਾਹੀਦੇ ਉਨੇ ਉਨੇ ਪੀਸ ਮਿਲੂਗੇ ਜੀ।
देखो खुला चैलेंज बड़े डिपू बंगे वाले का। हाँ देखो टी शर्ट जी देखो 650 रुपए टी शर्ट जी, गर्म टी शर्ट गोल गले 650 रुपए की, कलर डिजाइन बहुत ये जिन्हें मर्जी लो 650 रुपए की जी। ਭਾਜੀ ਆਪਾਂ ਹੁਣ ਇੱਦਾਂ ਕਰੋ ਸਾਨੂੰ ਆਪਾਂ ਗਰਮ ਦੇ ਵਿੱਚ ਵੀ ਦੇਖ ਲਏ, ਟਰੈਕ ਸੂਟ ਵੀ ਦੇਖ ਲਏ, ਨਾਈਟ ਸੂਟ ਵੀ ਆਪ ਵੀ ਦੇਖ ਲਈਆਂ ਤੁਸੀਂ ਹੈ ਨਾ, ਸਾਨੂੰ ਕੋਈ ਟੋਪ ਵੀ ਦਿਖਾ ਦਿਓ। ਟੋਪ ਵੀ ਕਾਫੀ ਕਿਹੜੇ ਕਿਹੜੇ ਤੁਹਾਡੇ ਕੋਲ ਹੈਗੇ ਆ? ਲਓ ਜੀ ਟੋਪ ਲਓ ਜੀ 399 ਵਿੱਚ ਟੋਪ ਜੀ, ਬੂਲ ਦੇ ਵਿੱਚ ਗੋਲ ਗਲੇ ਵਿੱਚ ਵਧੀਆ ਕਲਰ ਡਿਜ਼ਾਇਨ ਤੁਹਾਨੂੰ ਮਿਲ ਜਾਣੇ ਆ ਜੀ 399 ਵਿੱਚ। ਇਹ ਵੀ ਬਹਿਜਾ ਹੋ ਜਾਂਦੀ ਹੈ ਜਿੱਦਾਂ ਮਰਜ਼ੀ ਤੁਸੀਂ ਸਵੈਟਰ ਥੱਲੇ ਪਾ ਸਕਦੇ, ਕੋਟੀ ਥੱਲੇ, ਸ਼ਰਟ ਥੱਲੇ ਪਾ ਲਓ ਜਿੱਦਾਂ ਮਰਜ਼ੀ ਵਧੀਆ ਹੈ। ਲਓ ਜੀ ਇਹ ਅਲੱਗ ਆਉਣੀ ਹੈ ਜੀ, ਅਲੱਗ ਡਿਜ਼ਾਇਨ ਬੋਲ ਦੇ ਵਿੱਚ ਆ, ਗੋਲਡ ਨੈਕ ਵਿੱਚ ਆ ਜੀ, ਠੀਕ ਹੈ ਜੀ। ਇਹ ਵੀ ਪਿਓਰ ਗਰਮ 'ਚ ਆ। ਆਹ ਲਓ ਜੀ ਇਹ ਵੀ ਤੁਹਾਨੂੰ ਮਿਲ ਜਾਣਾ ਕਲਰ, ਬਹੁਤ ਸੋਹਣਾ ਕਲਰ ਹੈ, ਇਹ ਵੀ ਬਲੈਕ ਕਲਰ ਵਿੱਚ ਮਿਲ ਜਾਓਗੇ ਤੁਹਾਨੂੰ। ਆਹ ਲਓ ਜੀ ਇਹ ਤਾਂ ਭਾਜੀ 999 ਰੁਪਈਏ ਜੀ, ਇਹ ਤਾਂ 999 ਵਿੱਚ ਸਟਿਚ ਵਾਲ ਪੂਰੀ ਹੈ, ਨਾਲੇ ਦੇਖੋ ਪੂਰੀ ਸਟਿਚ ਵਾਲ ਆ, ਹਰੇਕ ਤਰ੍ਹਾਂ ਦੇ ਸਾਈਜ਼ ਤੁਹਾਨੂੰ ਕਲਰ ਡਿਜ਼ਾਇਨ ਮਿਲ ਜਾਣੇ ਇਹਦੇ ਵਿੱਚ। ਆਹ ਦੇਖੋ ਜੀ ਵਰਾਇਟੀ ਭਾਜੀ ਬਹੁਤ, ਜਿੰਨੀ ਚਾਹ ਉਨੀ ਮਿਲ ਜਾਊਗੀ, ਬਸ ਬਸ ਟਾਈਮ ਚਾਹੀਦਾ ਖੁੱਲਾ। ਆਹ ਤਾਂ ਬਾਹਰਲੇ ਮੁਲਕਾਂ ਵਿੱਚੋਂ ਵੀ ਨਹੀਂ ਮਿਲਦੀ ਜਿਹੜੀ ਤੁਸੀਂ ਵੱਡੇ ਡੀਪ ਤੋਂ ਦੇ ਰਹੇ। ਆਹ ਦੇਖੋ ਭਾਜੀ ਕਿੰਨੀ ਵਧੀਆ ਚੀਜ਼ ਆ ਜੀ, ਦੇਖੋ ਬਹਿਜਾ ਹੋ ਜਾਂਦੀ ਹੈ ਜੀ, 950 ਰੁਪਏ ਦੀ ਹੈ ਵੀ, 950 ਰੁਪਏ ਦੀ ਵਰਾਇਟੀ ਭਾਜੀ ਬਹੁਤ ਆਈ ਆ, ਮਾਲ ਖੋਲਣ ਟਾਈਮ ਨਹੀਂ ਮਿਲਦਾ, ਇੰਨੀ ਵਰਾਇਟੀ ਆ, ਬਹਿਜਾ ਹੋ ਜਾਂਦੀ। ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਜੀ, ਕਲਰ ਦੇਖੋ ਕਿੰਨੇ ਸੋਹਣੇ ਆ, 1,050 ਦੇ ਵਿੱਚ ਜੀ। ਆਹ ਦੇਖੋ ਜੀ ਕਲਰ ਕਿੰਨੇ ਸੋਹਣੇ, ਰੂਹ ਖੁਸ਼ ਹੁੰਦੀ ਆ, ਸਾਡਾ ਦਿਲ ਇੱਦਾਂ ਕਰਦਾ ਵੀ ਫਟਾਫਟ ਲੈ ਜਾਈਏ ਚੱਕ ਕੇ ਅਸੀਂ ਘਰਾਂ ਨੂੰ। ਆਹ ਦੇਖੋ ਜੀ ਕਿੰਨੀ ਸੋਹਣਾ ਕਲਰ ਆ, ਰੋਕੋ ਨਾ ਰੋਕੋ, ਕੰਮ ਖਿੱਚ ਦਿਓ ਫੜ ਕੇ, ਇਹ ਮੌਕਾ ਵਾਰ ਵਾਰ ਨਹੀਂ ਮਿਲਦਾ। ਲੈ ਜਾਓ ਡੀਪੂ ਤੋਂ, ਲੁੱਟ ਪੈ ਗਏ ਲੁੱਟ ਵੱਡੇ ਡੀਪੂ ਵਾਲਿਆਂ ਦੀ। ਲੈ ਜੀ ਲਓ ਜੀ 1,050 ਦੇ ਵਿੱਚ ਜੀ, ਪਲਾਜੋ ਸੂਟ ਪੂਰਾ 1,050 ਦੇ ਵਿੱਚ, ਖੁੱਲਾ ਡੋਲਾ ਸਾਈਜ਼ ਆ। ਬਹੁਤ ਸਾਰੀਆਂ ਲੇਡੀਜ਼ ਇਹ ਸੋਚ ਰਹੀਆਂ ਹੋਣੀਆਂ ਵੀ ਆਪਾਂ ਜਾਈਏ ਕਿੱਥੇ, ਕਿਉਂਕਿ ਇਹਦੀ ਵਰਾਇਟੀ ਅਸੀਂ ਪਹਿਲਾਂ ਨਹੀਂ ਦਿਖਾਈ ਸੀ, ਜਦੋਂ ਅਸੀਂ ਵੱਡੇ ਡਿਪੂ ਤੇ ਆਏ ਆ। ਇਹਦੀ ਵਰਾਇਟੀ ਬਹੁਤ ਜ਼ਬਰਦਸਤ ਹੈਗੀ ਆ, ਪ੍ਰਾਈਜ਼ ਬਹੁਤ ਘੱਟ ਹੈਗੇ ਆ। ਤੁਸੀਂ ਹੁੱਡੀ ਟਰੈਕ ਸੂਟ ਤੁਸੀਂ ਸਾਰਾ ਕੁਝ ਦੇਖ ਰਹੇ ਹੋ, ਤੇ 22 ਜੂਨੀ ਹਜੇ ਦਿਖਾਈ ਜਾਂਦੇ ਆ, ਹੋਰ ਵੀ ਸਾਨੂੰ ਕਾਫੀ ਵਰਾਇਟੀ ਆਪਾਂ ਦਿਖਾਉਣੇ ਆ ਤੇ ਪ੍ਰਾਈਜ਼ ਇਹਨਾਂ ਦੇ ਕਾਫੀ ਹੈਗੇ, ਘੱਟ ਹੈਗੇ ਆ। ਹਲੋ ਜੀ 899 ਵਿੱਚ ਜੀ, 899 ਵਿੱਚ ਕਲਰ ਡਿਜ਼ਾਇਨ ਤੁਹਾਨੂੰ ਮਿਲ ਜਾਊਗਾ, ਅਲੱਗ ਅਲੱਗ ਸਾਈਜ਼ ਮਿਲ ਜਾਊਗਾ ਤੁਹਾਨੂੰ, ਜਿੰਨੇ ਪੀਸ ਚਾਹੀਦੇ ਉਨੇ ਪੀਸ ਮਿਲੂਗੇ, ਵੱਡਾ ਡਿਪੂ ਬੰਗਾ, ਆਜ਼ਾਦ ਚੌਂਕ ਬੰਗਾ। ਆਹ ਮਿੱਟੀ ਟਾਈਪ ਡਰੈੱਸਾਂ ਆਉਣੀਆਂ ਜੀ, ਇਹ 650 ਵਿੱਚ ਲੌਂਗ ਡਰੈੱਸ ਆ ਮਿੱਟੀ, 650 ਰੁਪਈਆ। ਆਹ ਲਓ ਜੀ ਇਹ 'ਚ ਵੀ ਕਲਰ ਇੱਕ ਹੋਰ ਮਿਲ ਜਾਊਗਾ, ਕਲਰ ਬਹੁਤ ਜਿੰਨੇ ਚਾਹੂ ਉਨੇ ਮਿਲ ਜਾਊਗੇ ਜੀ, ਖੁੱਲ੍ਹਾ ਚੈਲੇਂਜ ਆ। ਆਹ ਦੇਖੋ ਸੋਹਣੇ ਕਿੰਨੇ ਕਲਰ ਵਾ, ਇੱਕ ਤੋਂ ਇੱਕ ਵੱਧ ਕੇ ਕਲਰ ਵਾ ਜੀ। ਆਹ ਜੀ ਸ਼ਰਾਗੀ ਆ ਗਈ ਹੈ ਜੀ, ਆਹ ਇਹਦਾ ਟੌਪ ਆ ਗਿਆ ਜੀ। ਆਹ ਦੇਖੋ ਜੀ 750 ਰੁਪਈਆ ਜੀ ਇਹਦਾ, 750 ਬਿਲਕੁਲ 750। ਕੰਪੀਟੀਸ਼ਨ ਦੇ ਚੱਕਰ 'ਚ ਝੁੱਗਾ ਚੌੜ ਨਾ ਕਰਾ ਲਿਓ, ਤੁਸੀਂ ਰੇਟ ਉਹ ਦੱਸਿਓ ਜਿਹੜੇ ਦੇ ਦੂੰਗੇ ਤੇ 4 ਰੁਪਈਏ ਬਚ ਵੀ ਜਾਣ ਤੁਹਾਨੂੰ। ਭਾਜੀ 750 ਰੇਟ ਜੋ ਅਸੀਂ ਕਹਿ ਤਾਂ ਖੁੱਲ੍ਹਾ ਚੈਲੇਂਜ ਦੇ ਤਾ ਡਿਪੂ ਵਾਲੇ 750 ਰੁਪਈਏ ਜੀ ਇਹਦਾ। ਆਹ ਲਓ ਜੀ ਭਾਜੀ ਅਲੱਗ ਤੁਹਾਨੂੰ ਮਿਲ ਜਾਣੇ ਆ ਵੀ, ਇਹ 650 ਰੁਪਏ 'ਚ ਮੈਂਡਾ ਜੀ, ਇਹ 650 ਰੁਪਏ ਦੇ ਵਿੱਚ ਜੀ। ਅੱਛਾ ਹੋਰ ਘਟਾ ਤੇ ਪੈਸੇ ਤੁਸੀਂ? ਇਹ ਭਾਜੀ ਬਿਲਕੁਲ ਜੋ ਰੇਟ ਲੱਗਾ ਸਾਨੂੰ ਉਹੀ ਦੇਣਾ ਆਪਾਂ, ਇਹ ਨਹੀਂ ਕਿ ਤੁਹਾਨੂੰ ਚੀਜ਼ ਪਸੰਦ ਆਏ ਰੇਟ ਵਧਾ ਤਾ ਘਟਾ ਤਾ, ਚਾਹੇ ਸਾਡੇ ਬੱਚਾ ਵੀ ਹੋਵੇ ਬੱਚੇ ਨੂੰ ਇਹੀ ਰੇਟ ਲੱਗਣਾ, ਠੀਕ ਹੈ ਜੀ। ਕਿਸੇ ਨਾਲ ਪਾਰਸ਼ੈਲਿਟੀ ਨਹੀਂ ਹੈਗੀ, ਹਰੇਕ ਨੇ ਬਸ ਇੱਕੋ ਜਿਹਾ ਹੀ ਆ। ਬਾਕੀ 22 ਜੂਨੀ ਵੀ ਦਿਖਾਈ ਜਾਂਦੇ ਆ, ਤੁਸੀਂ ਇੱਥੇ ਦੇਖ ਸਕਦੇ ਹੋ, ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਹੁੰਦਾ ਇੱਥੇ ਆ ਕੇ ਦੇਖੋ ਤੁਸੀਂ, ਓਵਰਲੋਡਡ ਵਰਾਇਟੀ ਆ ਇਸ ਸੈਕਸ਼ਨ ਦੇ ਵਿੱਚ, ਬਾਹਰ ਉੱਦਾਂ ਜ਼ਿਆਦਾ ਆ, ਕੋਟੀਆਂ ਲੈ ਲਓ ਤੁਸੀਂ ਤੇ ਜੀਨਸ, ਤੁਹਾਨੂੰ ਪਜਾਮੇ, ਜੋ ਤੁਹਾਡੇ ਮਾਈਂਡ ਵਿੱਚ ਹੈਗਾ ਨਾ, ਤੁਹਾਡੀ ਸੋਚ ਤੋਂ ਵਧੀਆ ਤੁਹਾਨੂੰ ਇੱਥੋਂ ਵਰਾਇਟੀ ਮਿਲਣੀ ਆ। ਜਦੋਂ ਤੁਸੀਂ ਅਗਰ ਰੇਟ ਦੇਖਣੇ ਆ ਤੁਸੀਂ ਹੈਰਾਨ ਹੋ ਜਾਣਾ, ਤੁਸੀਂ 1-2 ਪੀਸ ਲੈਣ ਆਉਣੇ ਆ, ਝੋਲੇ ਭਰ ਭਰ ਕੇ ਲੈ ਕੇ ਜਾਓਗੇ ਤੁਸੀਂ ਇੱਥੋਂ। ਆਹ ਲਓ ਜੀ ਤੁਹਾਨੂੰ ਸ਼ਰੱਗ ਦਿਖਾਉਂਦੇ ਆ ਜੀ, ਇਹ ਆਹ ਸ਼ਰੱਗ ਆ ਜੀ 750 ਰੁਪਏ ਦੀ ਸ਼ਰੱਗ, ਇਹ 'ਚ ਕਲਰ ਡਿਜ਼ਾਇਨ ਤੁਹਾਨੂੰ ਮਿਲ ਜਾਣੇ ਆ। ਆਹ ਦੇਖੋ ਜੀ 750 ਰੁਪਈਆ ਕਲਰ ਡਿਜ਼ਾਇਨ, ਬਹੁਤ ਜਿੰਨੇ ਪੀਸ ਚਾਹੀਦੇ ਮਿਲ ਜਾਊਗੇ। ਆਹ ਲੌਂਗ ਸ਼ਰੱਗ ਆ ਗਏ ਜੀ, ਇਹ ਲੌਂਗ ਸ਼ਰੱਗ ਆ 900 ਰੁਪਏ ਵਿੱਚ ਜੀ, ਇਹ ਲੌਂਗ ਸ਼ਰੱਗ, ਇਹ 'ਚ ਵੀ ਕਲਰ ਡਿਜ਼ਾਇਨ ਤੁਹਾਨੂੰ ਮਿਲ ਜਾਣੇ ਆ 700 ਰੁਪਏ ਜੀ, ਲੌਂਗ ਸ਼ਰੱਗ 700 ਰੁਪਏ ਦੇ ਵਿੱਚ। ਭਾਈ ਸਟਾਕ ਹੈਗਾ ਸਾਰਾ, ਕਿਤੇ ਇਦਾਂ ਦੇ ਨਹੀਂ ਰੇਟ ਐਵੇਂ ਜਾਣ ਕੇ ਘਟਾ ਕੇ ਦੱਸੀਆਂ ਤੇ ਹੋਣੇ ਆ, ਤੇ ਜਦੋਂ ਤੁਹਾਡੇ ਕੋਲ ਕੋਈ ਕਸਟਮਰ ਆਵੇ ਤੁਸੀਂ ਕਹਿੰਦੇ ਹੋ ਵੀ ਸੌਰੀ ਬਈ ਵਿਕ ਗਿਆ, ਸੌਰੀ ਬਈ ਹੁਣ ਸਟਾਕ ਖਤਮ ਹੋ ਗਿਆ, ਸੌਰੀ ਜੀ 1 ਦਿਨ ਲਈ ਸੀ, ਸਟਾਕ ਹੈਗਾ ਸਾਰਾ, ਗੱਲ ਉਹੀ ਕਰਿਓ ਜਿਹੜੀ ਪੂਰੀ ਕਰ ਸਕੂੰ। ਭਾਜੀ ਬਹੁਤ ਤੁਸੀਂ ਦੇਖਿਆ ਥੱਲੇ ਮਾਲ ਖੋਲਣ ਨੂੰ ਕਿੰਨਾ ਪਿਆ ਆ, ਬਿਲਕੁਲ ਟਾਈਮ ਹੀ ਨਹੀਂ ਮਿਲਦਾ ਮਾਲ ਖੋਲਣ ਵਾਸਤੇ, ਕਿਉਂਕਿ ਸਾਰੇ ਬਿਜ਼ੀ ਚੱਲਦੇ ਸ਼ਡਿਊਲ ਤਾਂ। ਆਹ ਦੇਖੋ ਜੀ
450 ਦੀ ਕੋਟੀ ਜੀ ਇਹ 450 ਦੀ ਕੋਟੀ ਆ ਤੁਹਾਨੂੰ ਇਹ ਚ ਵੀ ਕਲਰ ਡਿਜ਼ਾਈਨ ਸਾਨੂੰ ਅਲੱਗ ਅਲੱਗ ਮਿਲ ਜਾਣੇ ਆ ਜਿੰਨੇ ਪੀ ਚਾਹੀਦੇ ਮਿਲ ਜਾਣੇ ਆ ਲੌਂਗ ਕੋਟੀ ਆ ਗਏ ਜੀ ਇਹ ਆ ਦੇਖੋ ਜੀ ਐਨ ਆਰ ਆਈਆਂ ਦੀ ਪਸੰਦ ਹੈ ਤਾਂ 550 ਰੁਪਏ ਜੀ 550 ਵਿੱਚ ਲੌਂਗ ਕੋਟੀ ਪੂਲੀ ਬੂਲ ਜਦੋਂ ਤੁਸੀਂ ਵੈਸੇ ਹੈ ਨਾ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਂ ਵੱਡੇ ਸਟੋਰ ਦੇ ਵਿੱਚ ਜਾਣਾ 1800 ਤੋਂ ਘੱਟ ਨਹੀਂ ਮਿਲਣੀ ਤੁਹਾਨੂੰ ਕਿਉਂਕਿ ਅਸੀਂ ਜਦੋਂ ਜਾ ਕੇ ਦੇਖਦੇ ਆ ਤੇ ਇਹਨਾਂ ਦੇ ਪ੍ਰਾਈਸ ਚੈੱਕ ਕੀਤੇ ਆ ਤੇ ਇਹ ਸਿਰਫ ਜਿਹੜਾ ਕਿ 500 ਸਿਰਫ 450 ਇਹ ਜਿਹੜਾ ਕਿ ਤੁਹਾਨੂੰ ਇੱਥੋਂ ਸਿਰਫ 450 ਰੁਪਏ ਦੇ ਵਿੱਚ ਮਿਲਣੀ ਹੈਗੀ ਆ ਐਡੇ ਵੱਡੇ ਫਾਇਦੇ ਤੁਹਾਡੇ ਹੋਣੇ ਆ ਵੱਡੇ ਫਾਇਦੇ ਵੱਡੇ ਡੀਪੂ ਤੋਂ ਬੰਗਿਆ ਸ਼ਹਿਰ ਦੇ ਵਿੱਚ ਆਪਾਂ ਜੀ ਕੋਟੀ ਆ ਦੇਖੋ ਜੀ ਇਹਦਾ ਤੁਸੀਂ ਗੈਸ ਕਰਕੇ ਦੱਸੋ ਰੇਟ ਕੀ ਹੋਊਗਾ ਜੀ ਇਹਦਾ ਪੂਰੀ ਗਰਮ ਜਿਹਾ ਚਾਹੇ ਕੀ ਰੇਟ ਹੋਊਗਾ ਤੁਸੀਂ ਦੱਸੋ 1500 ਘੱਟ ਨਹੀਂ ਮੈਣੀ ਸਾਕੋ ਕਹਿੰਦੀ 850 ਰੁਪਏ ਜੀ 850 ਦੀ ਕੋਟੀ ਲੌਂਗ ਆ ਪੂਰੀ ਗਰਮ ਦੇ ਵਿੱਚ ਆ ਖੁੱਲ੍ਹਾ ਚੈਲੇਂਜ ਵੱਡੇ ਡਿਪੂ ਵਾਲਿਆਂ ਦਾ ਇੱਥੋਂ ਘੱਟ ਮਿਲ ਗਏ ਤੁਹਾਡੇ ਦੇਣਦਾਰ ਹੋ ਆ ਠੀਕ ਆ ਜੀ ਤੇਲ ਦਾ ਖਰਚਾ ਵੀ ਦੇਵਾਂਗੇ ਨਾਲ ਅਸੀਂ ਹਰੇਕ ਦੇ ਉੱਪਰ ਸਾਡਾ ਰੇਟ ਲਿਖੇ ਹੋਏ ਆ ਚਾਹੇ ਬੱਚਾ ਆ ਚਾਹੇ ਤੁਸੀਂ ਆ ਚਾਹੇ ਅਸੀਂ ਕੋਈ ਵੀ ਆ ਕਿਸੇ ਨੇ ਪਾਸ ਛੇਟੀ ਹਰੇਕ ਨੂੰ ਇੱਕੋ ਜਿਹਾ ਰੇਟ ਲੱਗਣਾ ਇਹ ਠੀਕ ਆ ਇਹ ਨਹੀਂ ਕਿ ਤੁਹਾਨੂੰ ਚੀਪ ਪਸੰਦ ਆ ਰੇਟ ਵਧਾਤਾ ਘਟਾਤਾ ਹਰੇਕ ਦੇ ਉੱਪਰ ਲੱਗੇ ਹੋ ਕਿਸੇ ਨੇ ਪਾਸ ਛੇਟੀ ਕੋਟੀਆਂ ਦੇ ਵਿੱਚ ਤਾਂ ਤੁਹਾਡੇ ਕੋਲ ਵੈਰਾਈਟੀ ਬਹੁਤ ਆ ਐਡਾ ਤੁਸੀਂ ਦਿਖਾ ਰਹੇ ਹੋ ਦੇਖੋ ਕੱਢ ਕੱਢ ਕੇ ਆ ਭਾਜੀ ਬਲੇਜ਼ਰ ਦੇਖੋ 1350 ਵਿੱਚ ਬਲੇਜ਼ਰ ਆ ਪਿਓਰ ਗਰਮ ਵਿੱਚ ਆ ਪਿਓਰ ਦੇ ਵਿੱਚ ਆ ਨਾਲੇ ਸਟੈਚੇਬਲ ਆ ਸਟੈਚੇਬਲ 1350 ਵਿੱਚ ਇਹਦਾ ਭਾਜੀ ਇਦਾਂ ਆ ਜਿਹੜੇ ਹਨਾ ਬਾਹਰਲੇ ਵੀ ਕਸਟਮਰ ਹੈਗੇ ਆ ਐਨ ਆਰ ਆਈ ਉਹਨੇ ਵੀ ਕਹਿਣਾ ਅਸੀਂ ਤਾਂ ਐਵੇਂ ਕੈਨੇਡਾ ਇੰਗਲੈਂਡ ਦੇ ਸ਼ੋਰੂਮ ਕੱਲੀ ਜਾਂਦੇ ਪਰ ਬੰਗਿਆਂ ਦੇ ਵਿੱਚੋਂ ਇਹ ਮੰਗਾ ਲਈਏ ਤੁਹਾਡੋ ਜੇ ਉਹਨੇ ਬਾਹਰ ਮੰਗਾਉਣਾ ਹੋਵੇ ਸਾਨੂੰ ਸਕਰੀਨਸ਼ਾਟ ਭੇਜ ਦੇਣ ਤਾਂ ਤੁਸੀਂ ਕੋਰੀਅਰ ਕਰ ਦੋਗੇ ਬਿਲਕੁਲ ਬਿਲਕੁਲ ਭਾਜੀ ਆਪਣਾ ਐਡਰੈਸ ਸਾਨੂੰ ਭੇਜਣਾ ਸੀ ਜ਼ਰੂਰ ਭੇਜਾਂਗੇ ਕਿਉਂਕਿ ਸਾਡੇ ਆਲਰੇਡੀ ਕੋਰੀਅਰ ਜਾਂਦੇ ਆ ਬਾਹਰ ਇਹਦਾ ਦੁਬਾਰੀ ਦੱਸੋ ਪ੍ਰਾਈਸ ਕੀ ਹੈ ਕਿਉਂਕਿ ਇਹ ਬੜੀ ਸ਼ਾਨਦਾਰ ਤੁਸੀਂ ਦੱਸੀ ਕੋਟੀ ਭਾਈ ਪ੍ਰਾਈਸ ਇਹ ਜੈਨੂਅਨ ਰੇਟ ਹੈਗੇ ਆ 1250 ਰੁਪਏ ਰੇਟ ਆ ਜੀ ਇਹਦਾ 1250 ਲੌਂਗ ਦੇ ਵਿੱਚ ਆ ਨਾਲੇ ਪਿਓਰ ਗਰਮ ਦੇ ਵਿੱਚ ਆ 1250 ਰੁਪਏ ਰੇਟ ਇਹਦਾ ਹਾਂਜੀ ਬਾਕੀ ਭਾਜੀ ਵੈਰਾਈਟੀ ਬਹੁਤ ਆ ਜਿੰਨੀ ਤੁਸੀਂ ਚਾਹੋ ਮਿਲ ਜਾਓਗੇ ਹਰੇਕ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਆ 1050 ਦੇ ਵਿੱਚ 1050 ਦੇ ਵਿੱਚ ਪਿਓਰ ਗਰਮ ਚ ਹੈ ਵੀ ਖੋਲਣ ਵਾਲਾ ਸਾਈਜ਼ ਆ ਠੀਕ ਹੈ ਆ ਦੇਖੋ ਚਾਈਨੀਜ਼ ਕੋਟੀ ਆ ਗਈ ਦਿਖਾਣੇ ਤੁਹਾਨੂੰ ਆਪਾਂ 750 ਦੇ ਵਿੱਚ ਹੀ ਇਹ ਵੀ ਲਾਈਟ ਵੇਟ ਵਿੱਚ ਆ ਚਾਈਨੀਜ਼ ਕੋਟੀ 750 ਰੁਪਏ ਚ ਦੇਖੋ ਜੀ ਇਹ ਵੀ 750 ਦੇ ਵਿੱਚ ਆ ਜੀ ਇਹ ਵੀ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਅਲੱਗ ਅਲੱਗ ਮਿਲ ਜਾਣੇ ਆ ਜੀ 750 ਰੁਪਏ ਦੇ ਵਿੱਚ ਇਹ ਵੀ ਦੇਖੋ ਜੀ ਅਲੱਗ ਅਲੱਗ ਕਲਰ ਆ ਜੀ ਅਲੱਗ ਅਲੱਗ ਡਿਜ਼ਾਈਨਿੰਗ ਆ 699 ਰੁਪਈਏ ਜੀ ਇਹਦਾ ਇਹਦਾ 699 ਰੁਪਈਏ ਇਹ ਚੀਜ਼ ਤੁਹਾਨੂੰ ਮਿਲ ਜਾਣਾ ਗੋਲਡ ਨੈਕ ਇਹਦਾ ਜਿੱਪਰ ਵਾਲੀ ਆ ਇਹ ਵੀ 750 ਰੁਪਏ ਵਿੱਚ ਹੀ ਇਹ ਵੀ ਇਹ ਵੀ ਕਲਰ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਅਲੱਗ ਅਲੱਗ ਸਾਈਜ਼ ਮਿਲ ਜਾਣੇ ਆ ਖੁੱਲ੍ਹਾ ਚੈਲੇਂਜ ਆ ਭਾਜੀ ਜਿੱਥੇ ਮਰਜ਼ੀ ਟਰਾਈ ਕਰ ਲਓ ਇੰਨਾ ਰੇਟ ਤੁਹਾਨੂੰ ਕਿਤੇ ਮਿਲਣਾ ਨਹੀਂ ਹੈਗਾ ਸਕਰੀਨਸ਼ਾਟ ਲੈ ਕੇ ਨਾਲੇ ਆਓ ਦੱਸੋ ਕਿਹੜਾ ਪੀਸ ਲੈਣਾ ਨਾਲੇ ਦਵਾਂਗੇ ਜਿੰਨੇ ਪੀ ਚਾਹੀਦੇ ਉਹਨੇ ਮਿਲੂਗੇ ਜੀ ਠੀਕ ਹੈ ਜੀ ਭਾਈ ਜੋ ਤੁਸੀਂ ਪ੍ਰਾਈਸ ਕਹਿ ਰਹੇ ਹੋ ਨਾ ਇਹ ਯਾਦ ਰੱਖਿਓ ਕਰਕੇ ਲੋਕਾਂ ਨੇ ਸਕਰੀਨਸ਼ਾਟ ਲੈ ਕੇ ਤੁਹਾਨੂੰ ਦਿਖਾਉਣੇ ਆ ਵੀ ਆਹ ਤੁਹਾਨੂੰ 60 ਡੀ ਤੋਂ ਦੇਖਿਆ ਸੀ ਜੀ ਤੁਸੀਂ ਉੱਤੇ ਇੰਨੇ ਬੋਲਦੇ ਸੀ ਇੱਥੇ ਵੱਧ ਘੱਟ ਤੇ ਉਹਨੇ ਨੇ ਤੁਸੀਂ ਦੇ ਦਿਓ ਭਾਜੀ ਦਵਾਂਗੇ ਜਿੰਨੇ ਪੀ ਚਾਹੀਦੇ ਉਹਨੇ ਮਿਲੂਗੇ ਠੀਕ ਹੈ ਜੀ ਸਾਨੂੰ ਇਦਾਂ ਨਹੀਂ ਦੱਸਣਾ ਕੁਛ ਹੈ ਕਿ ਆਪਾਂ ਕਰਨਾ ਕੁਛ ਹੋ ਇਦਾਂ ਨਹੀਂ ਹੈਗਾ ਹਰੇਕ ਦੇ ਉੱਪਰ ਸਾਡੇ ਰੇਟ ਲੱਗੇ ਹੋਏ ਆ ਜਿਹੜੀ ਚੀਜ਼ ਚਾਹੀਦੀ ਆ ਤੁਹਾਨੂੰ ਪਸੰਦ ਆਉਂਦੀ ਆ ਉਹੀ ਤੁਹਾਨੂੰ ਬਿੱਲ ਬਣਾਵਾਂਗੇ ਇਹਨਾਂ ਕਿ ਜਿੱਦਾਂ ਬਾਕੀ ਦੁਕਾਨਾਂ ਵਾਲੇ ਦੋ ਪੀਸ ਆਫ ਚਾਰ ਪਾਤੇ ਆ ਪਰ ਨਹੀਂ ਹੈਗਾ ਚਾਹੇ ਇੱਕ ਲਓ ਚਾਹੇ 10 ਲਓ ਚਾਹੇ 20 ਲਓ ਹਰੇਕ ਦਾ ਰੇਟ ਇੱਕੋ ਰੇਟ ਲੱਗਣਾ ਜੀ ਰੇਟ ਫਿਕਸ ਪ੍ਰਾਈਸ ਸਾਡਾ ਵੱਡਾ ਡਿਪੂ ਜੋ ਜਾ ਚੌਂਕ ਬੰਗਾ ਜਿੰਨੀ ਮਰਜ਼ੀ ਤੁਸੀਂ ਪਾ ਸਕਦੇ ਆ ਠੀਕ ਹੈ ਆ ਦੇ ਆ ਲੌਂਗ ਕੋਟ ਤੇ ਦੇਖੋ ਜੀ ਇਹ 450 ਰੁਪਏ ਵਿੱਚ ਹੀ ਲੌਂਗ ਕੋਟ ਦਾ 450 ਰੁਪਏ ਆ ਜੀ ਇਹਦਾ ਭਾਈ 800-900-1200 ਇਹਦਾ ਰੇਟ ਮਿਲਣਾ ਜੀ ਇਹਦਾ 450 ਰੁਪਏ ਜੀ ਕੋ ਲੌਂਗ ਕੋਟ ਦਾ ਨਾਲ ਦੇਖੋ ਸਟੈਚ ਵਾਲਾ ਪੂਰਾ ਆ ਡਿਜ਼ਾਈਨ ਦੇਖੋ ਕਲਰ ਕਿੰਨੇ ਸੋਹਣੇ ਇਹਦੇ ਵਿੱਚ ਵਿੱਚ ਰੰਗ ਤੁਹਾਨੂੰ ਮਿਲ ਜਾਣ ਅਲੱਗ ਅਲੱਗ ਬਹੁਤ ਵੈਰਾਈਟੀ ਹੈ ਭਾਜੀ ਜਿੰਨੇ ਮਰਜ਼ੀ ਸਾਕੋ ਦਾ ਮਾਲ ਇਹਨੇ ਪੂਰਾ ਹੁੰਦਾ ਜੀ ਇਹਦਾ ਆ ਦੇਖੋ ਜੀ 350 ਰੁਪਏ ਜੀ ਇਹ 350 ਹੋਰ ਘਟ ਗਿਆ ਉੱਤੋਂ ਇਹ ਦੇਖੋ ਇਹਨਾਂ ਵੱਲੋਂ ਇੱਕ ਗੱਲ ਦਾ ਮੰਨਣੀ ਪਊਗੀ ਵੀ ਪਾਰਦਰਸ਼ੀ ਤੇ ਇਮਾਨਦਾਰੀ ਆ ਦੇਖ ਲਓ ਆਹ ਕਲਰ ਹੋ ਰਿਹਾ ਆਹ ਕੀ ਆ ਬਟਨ ਜਿਹਾ ਗੋਲ ਗੋਲ ਜਿਹਾ ਕੀ ਲੱਗਾ ਆ ਇਹੀ ਸੇਮ ਇਹਦੇ ਤੇ ਵੀ ਲੱਗੇ ਹੋਏ ਆ ਮਣਕੇ ਜਿਹੇ ਇਹ ਕਹਿ ਸਕਦੇ ਆ ਵੀ 100 ਰੁਪਏ ਦਾ ਡਿਫਰੈਂਸ ਹੈ ਇਹਦੇ ਵਿੱਚ ਜੇ ਆਹ 450 ਆ ਤਾਂ ਇਹ ਵੀ ਇਹ 450 ਦਾ ਕਹਿ ਕੇ ਵੇਚ ਸਕਦੇ ਆ ਪਰ ਨਹੀਂ ਇਮਾਨਦਾਰੀ ਦਰਿਆਦਲੀ ਫਰਾਗਦਲੀ ਵੱਡੇ ਡਿਪੂ ਨੇ 1960 ਤੋਂ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਚੱਲ ਰਹੀ ਆ ਜਿਸ ਕਰਕੇ ਬੁਲੰਦੀਆਂ 'ਤੇ ਚੱਲ ਰਿਹਾ ਆ 3-story ਸ਼ੋਰੂਮ ਹੈਗਾ ਆ ਹਰ ਇੱਕ ਕੈਟਾਗਰੀ ਆ ਸੂਟ ਸ਼ਰਾਰੇ ਲਹਿੰਗੇ ਆ ਲੇਡੀਜ਼ ਜੈਂਟਸ ਅਸੀਂ ਤੁਹਾਨੂੰ ਸਾਰਾ ਕੁਝ ਇੱਕ ਵੀਡੀਓ 'ਚ ਦਿਖਾ ਨਹੀਂ ਸਕਦੇ ਤੁਸੀਂ ਜਦੋਂ ਆਉਣਾ ਹੈ ਨਾ ਤੁਸੀਂ ਸਵੇਰੇ ਆਓਗੇ ਨਾ ਸ਼ਾਮ ਤੱਕ ਤੁਸੀਂ ਤਾਂ ਘੁੰਮੀ ਜਾਣਾ ਵੀ ਆਹ ਵੀ ਲੈ ਲਈਏ ਆਹ ਵੀ ਲੈ ਲਈਏ ਤੁਸੀਂ ਮਜਬੂਰ ਹੋ ਜਾਣਾ ਮਜਬੂਰ ਕਿਉਂ ਹੋਣਾ ਰੇਟ ਬਹੁਤ ਇਹਨਾਂ ਦੇ ਜਾਇਜ਼ ਆ ਪੈਸੇ ਇੰਨੇ ਘੱਟ ਲੈਂਦੇ ਆ ਕਿ ਤੁਸੀਂ ਹੈਰਾਨ ਹੋਣਾ ਤੁਸੀਂ ਆਲੇ ਦੁਆਲੇ ਜਿਹੜੇ ਦੁਕਾਨਾਂ 'ਤੇ ਜਾਂਦੇ ਆ ਤੁਸੀਂ ਕਹਿਣਾ ਵੀ ਨਹੀਂ ਬੰਗਿਆਂ ਹੀ ਜਾਵਾਂਗੇ ਆਜ਼ਾਦ ਚੌਂਕ ਆ ਉੱਥੇ
ਵੱਡੇ ਡੀਪੂ ਤੇ ਜਾਣਾ, ਵੱਡੇ ਕੰਮ ਕਰਕੇ ਆਉਣੇ ਆ, ਵੱਡੇ ਪੈਸੇ ਖਰਚ ਕੇ ਆਉਣੇ ਆ, ਸਮਾਨ ਲੈ ਕੇ ਆਉਣਾ 4 ਗੁਣਾ ਜ਼ਿਆਦਾ, ਇਹ ਸਿਰਫ ਤੁਹਾਨੂੰ ਵੱਡੇ ਡੀਪੂ ਤੇ ਮਿਲਣਾ ਆ। ਆ ਲਓ ਜੀ, ਇਹ ਵੀ ਲੌਂਗ ਆ ਜੀ, ਕੋਟੀ ਕੁੜਤਾ ਟੈਪ ਆ ਗਿਆ ਲੌਂਗ, 350 350 ਰੁਪਏ ਵੀ ਜੀ। ਆ ਲਓ ਜੀ, 699 ਰੁਪਏ ਜੀ, ਇਹਦਾ 699 ਰੁਪਏ 'ਚ ਬੋਲਣ ਦੇ ਵਿੱਚ ਵਧੀਆ ਸਟੈਚ ਵਾਲਾ, ਨਾਲੇ ਸਟੈਚ ਵਾਲਾ। ਭਾਜੀ ਹੁਣ ਤੁਸੀਂ ਮੈਂ ਨਾ, ਮੈਨੂੰ ਕੋਈ ਜਿਵੇਂ ਆਪਾਂ ਜੈਕਟਾਂ ਹੁੰਦੀਆਂ ਬਲਾਵਟ ਵਿੱਚ, ਉਹ ਜੈਕਟ ਵੀ ਦਿਖਾ ਦਿਓ, ਬਿਨਾਂ ਬਾਜੂ ਵੀ ਦਿਖਾ ਦਿਓ ਤੇ ਵਿਦ। ਬਿਲਕੁਲ ਬਿਲਕੁਲ ਭਾਜੀ, ਉਹ ਦਿਖਾ ਦਿਓ ਤੁਸੀਂ ਕਹੋਗੇ ਉਹ ਦਿਖਾ ਲਾਂਗੇ ਆਪਾਂ। ਆ ਲਓ ਜੀ, ਆਹ ਤਾਂ ਹੈ ਨਾ, ਹੁਣ ਬੋਲਣ ਦੀ ਲੋੜ ਨਹੀਂ, ਬਸ ਦਿਖਾ ਦਿਓ ਤੁਸੀਂ। ਆਹ ਵੀ ਕੁੜੀਆਂ ਨੇ ਦੇਖ ਕੇ ਹੱਸੀ ਜਾਣਾ, ਕਹਿਣਾ ਵੀ ਮੇਰੀ ਫੇਵਰੇਟ ਚੀਜ਼ ਆ ਗਈ। ਆ ਲਓ ਦੇਖ ਲਓ, ਆਹ ਕਲਰ ਵੀ ਦਿਖਾ ਦਿਓ, ਸਾਰੇ ਦਿਖਾ ਦਿਓ ਭਾਜੀ ਕਲਰ। ਬਾਕੀ ਰੇਟ ਰੂਟ ਤਾਂ ਫਿਰ ਬਾਅਦ 'ਚ ਹੀ ਕਰਾਂਗੇ, ਤੁਹਾਨੂੰ ਭਾਅ ਬਣਾ ਲਾਂਗੇ ਜਾਣ ਲੱਗੇ। ਤੁਸੀਂ ਕਲਰ ਹੈਗੇ ਬਹੁਤ ਇਹਦੇ 'ਚ? ਚਲੋ ਆਹ ਜਿੰਨੇ ਹੈਗੇ 3-4 ਕੇ ਦਿਖਾ ਦਿਓ ਤੁਸੀਂ। 699 ਰੁਪਏ ਪਈਏ, 699 ਰੁਪਏ 'ਚ ਆਹ ਲੈ ਜਾਓ। ਆਹ ਜਦੋਂ ਪਾਉਣਾ ਟੋਹ ਠੱਪਾ ਪੂਰਾ ਹੈ ਬਈ, ਰੰਗ ਵੀ ਕਾਫੀ ਹੈਗੇ ਆ ਤੇ ਆਹ ਬਾਲ ਜਿਹੇ ਵੀ ਲੱਗੇ ਹੈਗੇ ਆ, ਜਦੋਂ ਤੁਸੀਂ ਲਓਗੇ ਤਾਂ ਇੱਥੇ ਕਾਫੀ ਤੁਹਾਡੇ ਫਾਇਦੇ ਆ, ਫਾਇਦੇ ਆ। ਪੂਰੀ ਟੌਰ ਬਣੀ, ਬਹਿ ਜਾ ਹੋ ਜਾਣੀ ਜੀ, ਬਾਜੇ ਕਰੀ ਪਾਲੇ ਪਛਾਣੇ ਨੇ ਹੋਣਾ ਕੌਣ ਆ ਕੌਣ ਨਹੀਂ। ਇਹ ਇਹਨਾਂ ਰੰਗ ਬਹੁਤ ਹੈਗੇ, ਰੰਗ ਬਹੁਤ ਆ ਭਾਜੀ। ਇਹ ਤਾਂ ਅਸੀਂ ਪਸੰਦੀਦੇ ਆਪਣੀ ਪਸੰਦੀਦੇ ਚੱਕ ਲਏ ਸੀ, 2000 ਕੁ ਰੰਗ ਕਾਫੀ ਹੈਗਾ, ਤੁਸੀਂ ਇੱਥੋਂ ਆ ਕੇ ਲੈ ਜਾਓ ਜਿੰਨੇ ਮਰਜ਼ੀ ਰੰਗ ਲੈ ਜਾਓ, 650 ਰੁਪਏ 'ਚ। ਆ ਲਓ ਜੀ, 750 ਰੁਪਏ ਵਿੱਚ ਜੀ, ਸਿਰਫ 100 ਰੁਪਏ ਹੀ ਵਧਾਇਆ, ਉਹ ਵੀ ਆ ਬਾਹਾਂ ਬੁਹਾਈਆਂ ਲੱਗ ਗਈਆਂ ਕਰਕੇ, ਨਹੀਂ ਤਾਂ ਰੇਟ ਸੇਮ ਆ। 700 ਰੁਪਏ ਜੀ ਇਹਦਾ। ਦੇਖੋ ਕਲਰ ਡਿਜ਼ਾਈਨ ਤੁਹਾਨੂੰ ਅਲੱਗ ਅਲੱਗ ਮਿਲ ਜਾਣੇ, ਇਹ ਵੀ ਰੰਗ ਮਿਲ ਜਾਣੇ ਤੁਹਾਨੂੰ, ਡਿਜ਼ਾਈਨ ਮਿਲ ਜਾਣੇ ਆ, ਠੀਕ ਹੈ ਜੀ। ਤੇ ਸਾਈਜ਼ ਵੀ ਤੁਹਾਨੂੰ ਮਿਲ ਜਾਣੇ ਆ, ਜਿਹੜਾ ਤੁਹਾਨੂੰ ਸਾਈਜ਼ ਚਾਹੀਦਾ, ਕਲਰ ਚਾਹੀਦਾ ਤੁਹਾਨੂੰ ਮਿਲ ਜੂ, ਜਿੰਨੇ ਪੀ ਚਾਹੀਦੇ ਮਿਲੂਗੇ ਤੁਹਾਨੂੰ। ਖੁੱਲਾ ਚੈਲੰਜ, ਵੱਡੇ ਡੀਪੋ ਬੰਗੇ ਜਾ ਚਾਹੁੰਗਾ, ਇਹਦੇ ਵਿੱਚ ਤੁਹਾਨੂੰ 50 ਕਲਰ ਮਿਲ ਜਾਣੇ ਆ। ਸਾਡੇ ਕੋਲ ਹੁਣ ਸਮਾਂ ਹੈ ਨਹੀਂ ਜਿਹੜਾ ਇੰਨਾ ਕੁਝ ਦਿਖਾਈ ਜਾਈਏ, ਵਿੱਚ 50-50 ਕਲਰ ਤੁਹਾਨੂੰ ਮਿਲਣੇ ਆ। ਲਓ ਆਹ ਵੀ ਦੇਖ ਲਓ, ਫਾਰਮਲ ਡਰੈਸ ਪਾਉਣੀ ਆ ਜਾਂ ਤੁਸੀਂ ਸੂਟਾਂ ਦੇ ਪਾ ਲਓ, ਜੀਨਸ ਦੇ ਪਾ ਲਓ, ਜਿੱਥੇ ਮਰਜ਼ੀ ਪਾ ਲਓ। 1499 ਵਿੱਚ ਬਲੇਜ਼ਰ ਜੀ, ਇਹ ਲੌਂਗ ਬਲੇਜ਼ਰਾਂ ਨਾਲੇ ਕਲਰ ਭਾਜੀ ਬਹੁਤ ਆ, ਸਾਈਜ਼ ਬਹੁਤ ਆ, ਜਿੰਨੇ ਮਰਜ਼ੀ। 1499 ਰੁਪਈਏ ਦਾ ਜੀ, 1499 ਰੁਪਈਏ, ਖੁੱਲਾ ਚੈਲੰਜ ਹੈ ਡੀਪੂ। ਇਹ 3400 ਨੂੰ ਮਿਲਦੀ ਹੈ ਜੀ ਬਾਹਰ ਦੁਕਾਨਾਂ ਤੇ, 3800, 4200। ਆਹ ਲੈ ਲਓ, ਸਾਫ਼ ਜਿਹੀਆਂ ਗੱਲਾਂ, ਸਿੱਧੀਆਂ ਜਿਹੀਆਂ ਗੱਲਾਂ, ਦੇਸੀ ਇਹ ਬੰਦੇ ਨਾਲ, ਦੇਸੀ ਕੰਮ ਆ, ਦੇਸੀ ਰੇਟ ਆ ਭਾਜੀ। ਅਸੀਂ ਤਾਂ ਆਪਣਾ ਰੇਟ ਆਉਣਾ, ਤੁਸੀਂ ਵੱਡੇ ਸ਼ੋਰੂਮ 'ਚ ਲੱਗਣਾ, ਤੁਹਾਨੂੰ ਇਹ ਹੈ ਵੀ ਜਿੱਦਾਂ ਪਿੰਡ ਦੀ ਦੁਕਾਨ ਤੋਂ ਕੱਪੜੇ ਲਏ ਹੁੰਦੇ ਆ, ਵਰਾਇਟੀ ਬਹੁਤ ਆ, ਤੁਹਾਨੂੰ ਮਿਲਣੀ ਨਹੀਂ ਕਿਤੇ, ਕਿਉਂਕਿ ਆਪਾਂ ਆਪਣਾ ਰੇਟ ਦੱਸ ਰਹੇ, ਬਾਹਰ ਨੇ ਦੱਸ ਰਹੇ, ਬਾਹਰ ਤਾਂ ਬਹੁਤ ਲੁੱਟਣ ਲੱਗੇ ਹੋ ਆ, ਪਰ ਅਸੀਂ ਜੋ ਆਪਣਾ ਰੇਟ ਸੀ ਉਹੀ ਦੱਸ ਰਹੇ ਹਾਂ ਭਾਜੀ। ਆ ਜੀਨ ਦੀਆਂ ਪੈਂਟਾਂ ਪੁੰਟਾਂ ਵੀ ਦਿਖਾ ਦਿਓ, ਉਹ 'ਚ ਵੀ ਪਤਾ ਲੱਗੇ ਨਾ ਕੀ ਹਿਸਾਬ ਕਿਤਾਬ ਆ। ਆ ਭਾਜੀ ਪਜਾਮੇ ਦੇਖੋ ਜੀ, 130 ਰੁਪਏ ਦਾ ਪਜਾਮਾ ਜੀ, ਆ 130 ਰੁਪਏ ਦਾ ਗਰਮ ਪਜਾਮਾ, ਵਧੀਆ। ਇਹ ਗੱਲ ਸੁਣਿਓ, ਸਹੀ ਆ ਉਹਦਾ ਸਾਰਾ ਕੁਝ ਭਾਜੀ, 130 ਰੁਪਏ ਦਾ ਪਜਾਮਾ ਐਵੇਂ ਨਹੀਂ, ਗੱਲ ਸੁਣ ਲਓ ਮੇਰੀ, ਇਹ ਸਾਰਾ ਕੁਝ ਠੀਕ ਆ ਭਾਜੀ? ਭਾਜੀ ਬਿਲਕੁਲ ਠੀਕ ਹੈ ਭਾਈ, ਇਹ ਚੈੱਕ ਕਰੋ। ਹਾਂਜੀ ਹਾਂਜੀ ਬਿਲਕੁਲ ਜੀ, ਇਹ 130 ਰੁਪਏ ਕਹੀ ਜਾਣੇ, ਮਿਹਨਤ ਲਾਦਾ ਇਹਨਾਂ ਨੂੰ, ਇਹ ਕੰਪੀਟੀਸ਼ਨ ਦੇ ਚੱਕਰ 'ਚ ਐਵੇਂ। ਨਹੀਂ ਭਾਜੀ, 130 ਰੁਪਏ ਦਾ ਲੱਗੂਗਾ ਪਜਾਮਾ ਜੀ, ਹਰੇਕ ਦੇ ਉੱਪਰ ਲੱਗਿਆ ਹੋਇਆ ਭਾਜੀ। ਇਹ ਵੀ ਵੱਡੀ ਗੱਲ ਆ ਵੀ ਤੁਸੀਂ ਦੇਖ ਸਕਦੇ ਆ ਵੀ ਤੇ 130 ਰੁਪਏ ਦਾ ਰੇਟ ਵੀ ਲੱਗਾ ਹੋਇਆ ਆ, ਸੋ ਪਰ ਹੈਰਾਨੀ ਵਾਲੀਆਂ ਗੱਲਾਂ ਆ। ਆ ਲਓ ਆ ਪਜਾਮੇ ਲੈ ਜਾਓ ਤੁਸੀਂ ਇੱਥੋਂ, ਜਰਾਬਾਂ ਨਹੀਂ ਮਿਲਣੀਆਂ 130 ਰੁਪਏ ਦੇ ਵਿੱਚ, ਤੁਹਾਨੂੰ ਜਾ ਕੇ ਦੇਖ ਲਿਓ ਕਿਤੇ, ਉਹਨਾਂ ਨੇ ਗਿੱਟੇ ਲੁਕਾਉਣੇ ਆ ਸਾਰਾ ਹੀ, ਜਿੱਦਾਂ ਤੁਹਾਨੂੰ ਠੰਡ ਦੇ ਵਿੱਚ ਬਚਾਉਣਾ ਆ, 130 ਰੁਪਏ ਦੇ ਵਿੱਚ। ਆ ਲਓ ਜੀ, ਆ 199 ਰੁਪਏ ਪਜਾਮਾ ਜੀ, ਆਹ 199 ਰੁਪਈਏ ਜੀ, ਸਾਈਜ਼ ਵੀ ਮਿਲ ਜੂਗੇ ਇਹ 'ਚ, 199 ਰੁਪਈਏ। ਆ ਲਓ ਜੀ, 199 ਰੁਪਏ, 199 ਰੁਪਈਏ ਜੀ, ਇਹ 'ਚ ਕਲਰ ਘੱਟ ਮਿਲ ਜਾਣੇ ਤੁਹਾਨੂੰ। ਲਓ ਜੀ, 150 ਰੁਪਏ ਦਾ ਜੀ ਸਾਰਾ, ਇਹ 150 ਦੇ ਵਿੱਚ ਤੁਹਾਨੂੰ ਸਾਈਜ਼ ਕਲਰ ਮਿਲ ਜਾਣੇ ਆ ਜੀ। ਲਿਓ ਜੀ, ਉਧਰ ਬਾਈ ਪਤਾ ਨਹੀਂ ਕਿੱਥੋਂ ਕੱਢ ਕੱਢ ਲਈ ਆਉਂਦਾ ਸਮਾਨ, ਜਿੰਨਾ ਚਾਹੋਗੇ। ਆ ਲਓ ਜੀ, 250 ਰੁਪਏ ਦਾ ਜੀ, ਆ 250 ਦਾ ਪਜਾਮਾ ਜੀ, ਇਹ ਇਹ 'ਚ ਕਲਰ ਡਿਜ਼ਾਈਨ ਮਿਲ ਜੇ ਸਲੀਵ ਦੇ ਵਿੱਚ, ਨਾਲੇ ਪਜਾਮਾ ਚਮਕਾ ਹੀ ਮਾਰਦਾ ਆ, ਚਮਕਾ ਬਾਰੂ, ਬੰਦਾ ਹਨੇਰੇ 'ਚ ਲੈਟਰਾਂ 'ਚ ਲੋੜੇ ਹੈ ਨਹੀਂ ਕਹਿੰਦੇ ਚਮਕੂ ਬੰਦਾ, ਹਨੇਰੇ 'ਚ ਗਵਾਚ ਹੋਈ ਜਾਵੇ ਝੱਟ ਪਤਾ ਲੱਗ, ਬੰਦਾ ਕਿੱਥੇ ਘੁੰਮਦਾ ਜੀ ਪਜਾਮੇ ਜਾਂ ਨਹੀਂ ਸ਼ਾਈਨਿੰਗ ਵਾ। ਆਹ ਦੇਖੋ ਜੀ, 400 ਰੁਪਏ ਦਾ ਪਜਾਮਾ, 400 ਰੁਪਏ, 800 ਨੂੰ ਮਿਲਣੇ ਤੁਹਾਨੂੰ ਬਾਹਰ ਇਹ, ਅਸੀਂ ਤਾਂ ਤੁਹਾਨੂੰ ਦਾਵਾ ਕਰਦੇ ਹਾਂ ਭਾਈ, ਜਾਓ ਚੈੱਕ ਕਰੋ, ਆਹ ਸਕਰੀਨਸ਼ਾਟ ਲੈ ਲਓ, ਲਿਜਾ ਕੇ ਦੁਕਾਨਦਾਰਾਂ ਨੂੰ ਦਿਖਾਓ ਵੀ ਰੇਟ ਦੱਸੋ, 399। ਉਸ ਤੋਂ ਬਾਅਦ ਇੱਥੇ ਆ ਜਾਓ, 399 ਰੁਪਏ ਪਜਾਮਾ ਜੀ, ਇਹ ਵੀ ਜਿਹੜੇ ਨਾ ਅੱਖਰ ਲਿਖੇ ਆ ਕਾਲੇ ਰੰਗ 'ਚ, ਇਹ ਹੀ ਕੰਮ ਖਿੱਚਦੇ ਆ ਜੀ। ਆਹ ਲਓ, ਇਹਦੇ ਪਿੱਛੇ ਤਾਂ ਭੱਜੇ ਫਿਰਦੇ ਸਾਰੇ ਬਈ, ਐਡੀਡਾਸ ਦਾ ਪਜਾਮਾ ਪਾਉਣਾ ਆ, ਅਤੇ ਤੁਸੀਂ ਜਦੋਂ ਹੋਰ ਕਿਤੇ ਜਾਓਗੇ ਉਹਨੇ ਕਹਿਣਾ ਜੀ 1500, ਕਿਸੇ ਨੇ ਕਹਿਣਾ 1800, ਆਪਾਂ ਕਿੰਨਾ ਕਹੇ ਆ ਭਾਈ, ਲੱਗਿਓ ਹਰੇਕ ਦੇ ਉੱਪਰ ਲੱਗਾ ਆ, 350 ਰੁਪਏ, 400 ਰੁਪਏ ਪਜਾਮਾ ਮਿਲਣਾ ਤੁਹਾਨੂੰ, ਇਹ 350, 400 ਦੇ ਵਿੱਚ ਇਹ ਪਜਾਮੇ ਤੁਹਾਨੂੰ ਮਿਲ ਰਹੇ ਆ, 450 ਰੁਪਏ ਪਜਾਮਾ ਜੀ ਇਹ, ਠੀਕ ਹੈ ਜੀ। ਪਜਾਮੇ ਭਾਜੀ ਬਹੁਤ, ਜਿੰਨੇ ਮਰਜ਼ੀ ਪਜਾਮੇ, ਪੈਂਟਾਂ, ਸ਼ਰਟਾਂ,
ਬੰਦੇ ਨੂੰ ਏਡੀ ਗੱਲ ਬਾਤ ਆ ਬਿਲਕੁਲ ਭਾਜੀ ਗੱਲ ਬਾਤ ਪੂਰੀ ਆ ਕਾਫੀ ਭਾਈ ਚੀਜ਼ਾਂ ਆਪਾਂ ਦੇਖ ਲਈਆਂ ਹੈਗੀਆਂ ਆ ਭਾਜੀ ਉਹ ਜੀਨ ਦੀਆਂ ਪੈਂਟਾਂ ਵੀ ਦਿਖਾ ਦਿਓ ਉਹ ਵੀ ਕੋਈ ਚੀਜ਼ ਰਹਿ ਨਾ ਜਾਵੇ ਤੇ ਨਾਲੇ ਸਾਨੂੰ ਆ ਲਓ ਆ ਢੇਰ ਲੱਗ ਗਿਆ ਜਿਹੜਾ ਕਣਕ ਦਾ ਢੇਰ ਲੱਗਾ ਹੁੰਦਾ ਇੰਨਾ ਢੇਰ ਲਾ ਦਿੱਤਾ ਹੈਗਾ ਅਜੇ ਦੇਖਿਆ ਅਸੀਂ ਕੁਛ ਵੀ ਨਹੀਂ ਤੁਹਾਨੂੰ ਮੈਂ ਦਿਖਾਊਂਗਾ ਇੱਥੇ ਕਿੰਨਾ ਵੈਰਾਈਟੀ ਪਈ ਆ ਅਸੀਂ ਇੱਕ ਸਾਈਡ ਤੇ ਆ ਗਏ ਆ ਕਿਉਂਕਿ ਬਾਹਰ ਕਸਟਮਰ ਸੀਗੇ ਅਸੀਂ ਕੱਲ ਹੀ ਤੰਗ ਕਰਨਾ ਉਹਨਾਂ ਨੂੰ ਚੈਕਿੰਗ ਭਾਜੀ ਆ ਗਏ ਜੀ 200 ਰੁਪਏ ਵਿੱਚ ਚੈਕਿੰਗ 200 ਰੁਪਏ ਵਿੱਚ ਜੀ ਇੱਥੇ ਵੀ ਕਲਰ ਤੋਂ ਡਿਜ਼ਾਈਨ ਸਹਿ ਤੁਹਾਨੂੰ ਮਿਲ ਜਾਣੇ ਆ ਜੀ ਠੀਕ ਹੈ ਜੀ 200 ਰੁਪਏ ਵਿੱਚ ਜੀ ਕਲਰ ਦੇਖੋ ਅਲੱਗ ਅਲੱਗ ਕਲਰ ਅਲੱਗ ਡਿਜ਼ਾਈਨ ਹੈਗਾ ਆ ਲਓ ਜੀ ਆ 499 ਰੁਪਏ ਵਿੱਚ ਹੈ ਜੀ ਇਹ ਇਹ 'ਚ ਵੀ ਸਾਨੂੰ ਸਾਈਜ਼ ਮਿਲ ਜਾਣੇ ਕਲਰ ਮਿਲ ਜਾਣੇ ਆ ਜੀ ਜਿੰਨੇ ਪੀਸ ਚਾਹੋਗੇ ਉਨੇ ਮਿਲ ਜਾਓਗੇ ਜੀ 499 ਰੁਪਏ ਵਿੱਚ ਜੀ ਦੇਖੋ ਜਾਏਗੀ ਬਾਕੀ ਲਿਆ ਵੀ ਤੁਹਾਨੂੰ ਜੀਨ ਵੀ ਦਿਖਾ ਦਿੰਦੇ ਹਾਂ ਜੀਨ ਵੀ ਆਪਾਂ ਹਰੇਕ ਤਰ੍ਹਾਂ ਦੀ ਅਵੇਲੇਬਲ ਹੈਗੀ ਆ ਡੀਜ਼ਲ ਦੀ ਜੀਨਾਂ ਮਿਲ ਜਾਊਗੀਆਂ ਹਰੇਕ ਤਰ੍ਹਾਂ ਦੀ ਮਿਲ ਜਾਣੀ ਆ 699 ਰੁਪਏ ਵਿੱਚ ਜੀਨਾਂ ਭਾਅ ਜੀ ਆਹ ਇਹ 'ਚ ਵੀ ਕਲਰ ਤੁਹਾਨੂੰ ਮਿਲ ਜਾਓਗੇ ਸਾਈਜ਼ ਮਿਲ ਜਾਊ ਪੂਰੇ ਸਟੈਚੂ ਵਾਲੀ ਜੀਨ ਹੈਗੀ ਆ ਇਹ ਵੀ ਇਹ ਆ ਵੀ ਪੜ ਲਓ ਆ ਮਾੜਿਆ ਲਿਆਓ ਜੀ ਕੈਮਰਾ ਇਹਦੇ ਇਹਦੇ ਪਿੱਛੇ ਹੀ ਬੜੀ ਦਵੀੜ ਪੈਂਦੀ ਆ ਜੀ ਕਿੰਨੇ ਦੀ 600 ਰੁਪਏ ਦੀ ਲੈ ਜਾਓ ਇੱਥੋਂ ਆ ਕੇ ਲੁੱਟ ਲਓ ਨਜ਼ਾਰੇ ਆ ਲਓ ਜੀ ਆ ਵੀ 600 ਰੁਪਏ ਵਿੱਚ ਆ ਜੀ ਇਹ ਵੀ 600 ਵਿੱਚ ਹੈ ਪੈਂਟ ਆ ਦੇਖੋ ਸਟੈਚੂ ਵਾਲੀ ਪੂਰੀ ਆ ਠੀਕ ਆ ਜੀ ਕੋਈ ਵੀ ਪ੍ਰੋਬਲਮ ਆਉਂਦੀ ਅਲਟਰੇਸ਼ਨ ਕਰਾਉਣੀ ਆ ਕਰਾ ਕੇ ਦੇਵਾਂਗੇ ਲੈਂਥ ਕਰਾਉਣੀ ਆ ਕਰਾ ਕੇ ਦੇਵਾਂਗੇ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਉਹਦਾ ਕਿਉਂਕਿ ਬਾਹਰ ਸ਼ਾਪਾਂ ਵਾਲੇ 100-200 ਰੁਪਏ ਐਕਸਟਰਾ ਲੈ ਲੈਂਦੇ ਪਰ ਅਸੀਂ ਨਹੀਂ ਲੈਂਦੇ ਕਿਉਂਕਿ ਵਿੱਚ ਇਨਕਲੂਡ ਆ ਸਾਰਾ ਕੁਝ ਠੀਕ ਹੈ ਜੀ 650 ਰੁਪਏ ਵਿੱਚ ਇਹ ਵੀ ਪੈਂਟ ਇਹ 'ਚ ਵੀ ਸਾਈਜ਼ ਤੁਹਾਨੂੰ ਮਿਲ ਜਾਊਗੇ ਕਲਰ ਮਿਲ ਜਾਊਗੇ ਸਟੈਚੂ ਵਾਲਾ ਪੈਂਟ ਵਾ ਇਹ ਤੋਂ ਘੱਟ ਮਿਲ ਗਿਆ ਤੁਹਾਨੂੰ ਫ੍ਰੀ ਦੇਣ ਜਾ ਰਹਾ ਸੀ ਠੀਕ ਹੈ ਜੀ ਚਲੋ ਹੁਣ ਗੱਲਾਂ ਵਾਲੀਆਂ ਕੀ ਕਰਨੀਆਂ ਇਹ ਨਹੀਂ ਤਾਂ ਕੱਢੀ ਜਾਣਾ ਬਾਈ ਹੁਣੀ ਥੱਕਦੇ ਨਹੀਂ ਹੈਗੇ ਇਹ ਤਾਂ ਜਿੱਦਾਂ ਨਾ ਖੂਹ ਦੇ ਵਿੱਚੋਂ ਪਾਣੀ ਕੱਢੀ ਜਾਂਦੇ ਤਾਂ ਕੱਢੀ ਆਉਂਦੇ ਤਾਂ ਅੱਜ ਚਾਹ ਦੇ ਕਿੰਨਾ ਜੜਿਆ ਉੱਧਰ ਬਾਈ ਨੂੰ ਕਹਿੰਦਾ ਵੀ ਸਾਰਾ ਕੁਝ ਦਿਖਾਣਾ ਪਰ ਟਾਈਮ ਆਪਣੇ ਕੋਲ ਇੰਨਾ ਹੈ ਨਹੀਂ ਗਾ ਆਹ ਦੇਖ ਲਓ ਭਰਿਆ ਪਿਆ ਸਾਰਾ ਖੂੰਜੇ ਖੂੰਜੇ ਇੱਥੇ ਕਦੇ ਲੱਭਦਾ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਕਹਿੰਦਾ ਇੱਕ ਸਾਈਡ 'ਤੇ ਹੀ ਖੜੇ ਸ਼ਾਇਦ ਵੀ ਆ ਜਾਓ ਬਾਹਰ ਲਿਆਓ ਜੀ ਕੈਮਰਾ ਆਹ ਦੇਖ ਲਓ ਆ ਕੇ ਸਿਰਫ ਉਹੋ ਹੀ ਨਹੀਂ ਆਹ ਦੇਖੋ ਤੁੰਨੇ ਪਏ ਤੁੰਨੇ ਕਾਊਂਟਰ ਸਾਰੇ ਭਰਿਆ ਪਿਆ ਜਿੰਨਾ ਮਰਜ਼ੀ ਓਵਰਲੋਡਡ ਸਮਾਨ ਆ ਕਲਰ ਦੇਖ ਲਓ ਜਿੰਨੇ ਮਰਜ਼ੀ ਕਲਰ ਲੈ ਲਓ ਕੋਟੀਆਂ ਦੇ ਰੇਟ ਤੁਸੀਂ ਦੇਖਿਆ ਵੀ ਇੱਥੇ ਬਹੁਤ ਘੱਟ ਆ ਇੱਧਰ ਵੀ ਦਿਖਾ ਦਿਓ ਤੁਸੀਂ ਪਜਾਮੇ ਲੈ ਲਓ ਤੁਸੀਂ ਟੌਪ ਲੈ ਲਓ ਦੇਖੋ ਹੁੱਡੀਆਂ ਨਾਲ ਭਰਿਆ ਪਿਆ ਆ ਉੱਧਰ ਟੌਪ ਭਰੇ ਪਏ ਆ ਜੀਨਸ ਸਾਰਾ ਮਟੀਰੀਅਲ ਤੁਹਾਨੂੰ ਇੱਥੋਂ ਮਿਲ ਜਾਣਾ ਹੈਗਾ ਆ ਇਹ ਕਾਫੀ ਜਿਹੜੀ ਕਿ ਵਰਾਇਟੀ ਲੇਡੀਜ਼ ਗਾਰਮੈਂਟ ਲਈ ਵੀ ਹੈਗੀ ਆ ਆ ਜਾਓ ਹੁਣ ਆਪਾਂ ਨਿਕਲੇ ਗਏ ਬਾਹਰ ਦਿਖਾ ਦਿੰਦੇ ਸਾਰਾ ਕੁਛ ਤੁਸੀਂ ਜਦੋਂ ਨਾ ਥੱਲਿਓਂ ਉੱਪਰ ਆਉਣਾ ਇੱਥੇ ਘੁੰਮਣ ਫਿਰਨ ਲੱਗ ਜਾਣਾ ਅੱਧਾ ਘੰਟਾ ਲੱਗ ਜਾਣਾ ਬਾਹਰ ਜਾਣ ਨੂੰ ਅਤੇ ਇੱਧਰ ਭਾਜੀ ਆ ਵੀ ਆ ਕੇ ਦੱਸ ਦਿਓ ਹੁਣ ਅਤੇ ਇੱਥੇ ਜਦੋਂ ਤੁਸੀਂ ਆਉਣੇ ਆ ਤੁਸੀਂ ਬਾਕੀ ਤਾਂ ਲੈਣੇ ਹੈਗੇ ਆ ਟੋਪ ਟੂਪ ਤਾਂ ਲੈਣੇ ਆ ਪਾਰਟੀ ਵੀਅਰ ਆ ਜਿਹੜੀਆਂ ਸ਼ੂਜ਼ ਜੁੱਤੀਆਂ ਵੀ ਲੈਣੀਆਂ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਹੈਗੀਆਂ ਤੁਸੀਂ ਆਪਾਂ ਇਕੱਲੀ ਇਕੱਲੀ ਕੀ ਦਿਖਾਉਣੀ ਮੈਨੂੰ ਜਸਟ ਆਈਡੀਆ ਦੇ ਦਿਓ ਸਟਾਰਟਿੰਗ ਕਿੱਥੋਂ ਹੈਗੀ ਆਪਣੇ ਕੋਲ ਭਾਈ 250 ਸਟਾਰਟ ਹੋ ਜਾਂਦੇ ਆਪਣੇ ਦੀ 250 300 400 500 1000 1500 ਜਿੰਨਾ ਚਾਹੀਏ ਮਿਲ ਜਾਊ ਫੈਂਸੀ ਜਿਹੜੀ ਵਧੀਆ ਹਰੇਕ ਤਰ੍ਹਾਂ ਆਪਾਂ ਕੋਲ ਮਿਲ ਜਾਣਾ ਬਾਕੀ ਜਿੰਨੀ ਰੇਂਜ ਤੁਹਾਨੂੰ ਚਾਹੀਦੀ ਉਨੀ ਰੇਂਜ ਹਿਸਾਬ ਨਾਲ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਜੀ ਭਾਜੀ ਇਹਦੇ ਵਿੱਚ ਤਾਂ ਖੁੱਸੇ ਵੀ ਹੈਗੇ ਆ ਪਾਰਟੀ ਵੇਅਰ ਸ਼ੂਜ਼ ਵੀ ਹੈਗੀਆਂ ਆ ਅਤੇ ਇਹ ਸਾਰੇ ਰੇਂਜ ਵੱਖੋ ਵੱਖਰੀ ਹੈਗੀ ਅਤੇ ਵਰਾਇਟੀ ਕਿੱਦਾਂ ਦੀ ਹੈ ਭਾਜੀ ਸਾਈਜ਼ ਦੇ ਅਕੋਰਡਿੰਗ ਮਿਲ ਜਾਊਗੇ ਸਾਨੂੰ ਸਾਈਜ਼ ਵੀ ਅਲੱਗ ਮਿਲ ਜਾਊਗੇ ਵਰਾਇਟੀ ਵੀ ਅਲੱਗ ਮਿਲ ਜਾਊਗੀ ਠੀਕ ਹੈ ਪੰਜਾਬੀ ਜੁੱਤੀ ਬਹੁਤ ਵਧੀਆ ਹੈ 300-250 ਰੇਂਜ ਵਧੀਆ ਚੀਜ਼ ਮਿਲ ਜਾਂਦੀ ਹੈ ਇੱਕ ਭਾਜੀ ਰੰਗ ਬਰੰਗੀ ਜੀ ਬੜੀ ਵਧੀਆ ਲੱਗਦੀ ਆ ਇਹ ਦਿਖਾ ਦਿਓ ਤੁਸੀਂ ਚਲੋ ਬਾਕੀ ਫੇਰ ਪੁੱਛ ਲਾਂਗੇ ਕੀ ਭਾਅ ਆ ਕਿਉਂਕਿ ਇੰਨਾ ਹੁਣ ਜਿਵੇਂ ਆਪਾਂ ਕਾਹਲੀ ਕਰੀ ਜਾਂਦੇ ਹਾਂ ਆਹ ਤੁਸੀਂ ਦੱਸ ਦਿਓ ਇਹਦਾ ਕੀ ਰੇਟ ਹੈਗਾ ਆ ਤੁਸੀਂ ਤਾਂ ਬਈ ਕਿੰਨੇ ਦੀ ਪੈਣੀ ਆ 350 ਰੁਪਏ ਜੀ 350 305 0 350 350 ਰੁਪਏ ਜੀ ਵਾਕਈ ਆ ਲਓ ਹੁਣ ਦੱਸੋ ਇੱਥੇ ਹੁਣ ਕੀ ਕਰੀਏ ਇਹਨਾਂ ਕੋ 350 ਰੁਪਏ ਦੇ ਵਿੱਚ ਇਹੀ ਮੈਨੂੰ ਪਸੰਦ ਆਈ ਸੀ ਮੈਂ ਕਿਹਾ ਪਤਾ ਕਰ ਲੈਂਦੇ ਹਾਂ ਇੰਨੀ ਵਰਾਇਟੀ ਆ ਜਿਹਨੂੰ ਵੀ ਹੱਥ ਲਾ ਲਈਏ ਇੰਨੇ ਘੱਟ ਰੇਟ ਇਹਨਾਂ ਕੋਲ ਹੈਗੇ ਆ ਸੋ ਤੁਸੀਂ ਇੱਥੇ ਆਓ ਇਹਨਾਂ ਨੂੰ ਚਾਂਸ ਦਿਓ ਮੌਕਾ ਦਿਓ ਤੁਹਾਡੇ ਫਾਇਦੇ ਬਹੁਤ ਹੋ ਜਾਣੇ ਆ ਕਾਫੀ ਤੁਹਾਡੇ ਪੈਸੇ ਬਚਣੇ ਆ ਇੱਥੇ ਤਾਂ ਮਾਲਵਾ ਮਾਝਾ ਦੁਆਬਾ ਸਾਰਾ ਪੰਜਾਬ ਇੱਥੇ ਢੋਕ ਰਿਹਾ ਇੱਥੇ ਆ ਕੇ ਆਪਣਾ ਫਾਇਦੇ ਲੈ ਰਹੇ ਆ ਇੱਥੋਂ ਸ਼ੋਪਿੰਗ ਕਰ ਰਿਹਾ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਆ ਕੋਈ ਨਹੀਂ ਗੱਲ ਅਸੀਂ ਸਮਝਾ ਸਕੇ ਸਾਡੀ ਸਕਰੀਨ 'ਤੇ ਨੰਬਰ ਆ ਰਿਹਾ ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰੋ ਅਤੇ ਤੁਸੀਂ ਇੱਥੇ ਪਹੁੰਚ ਸਕਦੇ ਆ ਇਹ ਬੰਗਾ ਸ਼ਹਿਰ ਦੇ ਵਿੱਚ ਆਜ਼ਾਦ ਚੌਂਕ ਵੱਡਾ ਡੀਪੂ ਇੱਥੇ ਸਟੋਰ ਹੈਗਾ ਆ ਉੱਥੋਂ ਤੁਹਾਨੂੰ ਹਰ ਇੱਕ ਵਰਾਇਟੀ
बहुत घट रेट मिलनी। कैमरा प्रबंध नाल हरदीप सिंह तगड़, सांझ टीवी बंगा।